ਕੋਈ ਬੰਦਾ ਇਸ ਗੱਲ ਲਈ ਵੱਡਾ ਨਹੀਂ ਹੋ ਜਾਂਦਾ ਕਿ ਉਹ ਕਿੰਨੀ ਵੱਡੀ ਗੱਡੀ ਚਾ ਰਿਹਾ ਹੈ ਉਹਦਾ ਵੱਡਪਨ ਇਸ ਗੱਲ 'ਚ ਆ ਕਿ ਉਹ ਮਾੜੀ ਗੱਡੀ ਵਾਲੇ ਨੂੰ ਦੇਖ ਕੇ ਟਾਇਰ ਕਿੰਨੇ ਕੱਚੇ ਲਾਉਂਦਾ ਵੀ ਜੇ ਕੋਈ ਬੰਦਾ ਇਹ ਸੋਚੇ ਕਿ ਯਾਰ ਵੱਡਾ ਬਣ ਲਈ ਵੱਡੇ ਪੈਸੇ ਦੀ ਲੋੜ ਆ ਜਾਂ ਵੱਡੀ ਸ਼ੋਹਰਤ ਦੀ ਲੋੜ ਆ ਇਹ ਫਿਰ ਮੇਰੇ ਹਿਸਾਬ ਨਾਲ ਖੁਦਕਸ਼ੀ ਕਰਨ ਵਾਲੀਆਂ ਗੱਲਾਂ ਆ ਕਿ ਦੋ ਬੰਦੇ ਨੂੰ ਐਂ ਲੱਗਦਾ ਕਿ ਯਾਰ ਮੈਂ ਬਹੁਤ ਗੁਲਾਮ ਆ ਮੈਂ ਬਹੁਤ ਜਗੜਿਆ ਵਾ ਤੂੰ ਆਪਦੇ ਘਰੇ ਬੰਨੇ ਵੇ ਘੋੜੇ ਨੂੰ ਜਾ ਕੇ ਦੇਖਦਾ ਤੇ ਉਹ ਖੁਰਨੀ ਤੇ ਖੜਾ ਟੱਪੀ ਜਾਂਦਾ ਤਾਂ ਉਹਦਾ ਬੰਦਾ ਕਹਿੰਦਾ ਯਾਰ ਇਹ ਐਡੇ ਰਸੇ ਨਾ ਬੰਨੇ ਹੀ ਖੋਸ਼ ਆ ਹਮ ਯਾਰ ਤੂੰ ਤਾਂ ਫੇਰ ਦੁਨੀਆ 'ਚ ਖੁੱਲਾ ਤਰਿਆ ਫਿਰਦਾ ਸਾਡਾ ਨੌਜਵਾਨ ਕਹਿੰਦਾ ਕਿ ਬਸ ਜੀ ਲਿਆ ਖਾ ਲਿਆ ਹੰਡਾ ਲਿਆ ਕੱਲ ਕਿਹਨੇ ਦੇਖਿਆ ਜਿੰਨਾ ਚਿਰ ਕੋਈ ਕੱਲ ਨਹੀਂ ਦੇਖਦਾ ਕੱਲ ਨਹੀਂ ਸੋਚਦਾ ਉਹਨਾਂ ਚਿਰ ਉਹਦਾ ਕੱਲ ਬਿਹਤਰ ਵੀ ਨਹੀਂ ਹੁੰਦਾ ਹਾਂ انسان ਉਹ ਆ ਜਿਹੜਾ ਭਵਿੱਖ ਨੂੰ ਧਿਆਨ ਚ ਰੱਖ ਕੇ ਵਰਤਮਾਨ ਨੂੰ ਮਾਣੇ ਜੇ ਸਾਡੀ ਕੋਈ ਕਿਸਮਤ ਆ ਤੇ ਇਹਦਾ ਮਤਲਬ ਸਾਨੂੰ ਲਿਖਣ ਨੂੰ ਵੀ ਆਪ ਪਾਵਰ ਦਿੱਤੀ ਆ ਰੱਬ ਨੇ ਜੀ ਬਈ ਕੋਈ ਬੰਦਾ ਇਹ ਕਹੇ ਕਿ ਰੱਬ ਨੇ ਮੇਰੀ ਕਿਸਮਤ ਹੀ ਮਾੜੀ ਲਿਖਤੀ ਉਹਨੇ ਤਾਂ ਇੱਕ ਸਾਈਡ ਲਿਖੀ ਇੱਕ ਸਾਈਡ ਤਾਂ ਲਿਖਣੀ ਤੂੰ ਸੀ ਹੁਣ ਜਿਹੜੀ ਤੂੰ ਲਿਖਣੀ ਸੀ ਜੇ ਤੂੰ ਮਾੜੀ ਲਿਖ ਰਿਆਂ ਤਾਂ ਦੋਸ਼ ਬਾਈ ਕੀ ਦਾ ਜਿਹੜਾ ਸਫਰ ਪੂਰਾ ਸਾਫ ਸੌਖਾ ਨਾ ਗੇ ਨਾ 100 ਕਿਲੋਮੀਟਰ ਉਹ ਸਾਫ ਹੀ ਹੋ ਗਿਆ ਉਹ ਜ਼ਿੰਦਗੀ 'ਚ ਹੀ ਨਹੀਂ ਜੁੜਿਆ ਕਿਉਂਕਿ ਉਹ ਜਿਉਂ ਹੈ ਨਹੀਂ ਜਿਉਂ ਆ ਕੀ ਜਿਹੜਾ ਮੁਸ਼ਕਲ ਆਈ ਜੀ ਜਾਂ ਉਹ ਜਿਉਂ ਆ ਜਿੱਥੇ ਬਹੁਤ ਆਨੰਦ ਆ ਅੰਦਰ ਕੀ ਮਸਤੀ ਹੁੰਦੀ ਹੈ ਜੋ ਮਚਾ ਦਿੰਦੀ ਹੈ ਹਲਚਲ ਅਗਰ ਨਸ਼ਾ ਸ਼ਰਾਬ 'ਚ ਹੋਤਾ ਤਾਂ ਖੁਦ ਨਾਚਦੀ ਹੁੰਦੀ ਹੂੰ ਠੀਕ ਆ ਨਾ ਅਸਲ ਦੇ ਵਿੱਚ ਬੰਦੇ ਦੇ ਅੰਦਰ ਮਸਤੀ ਹੁੰਦੀ ਹੈ ਮੈਨੂੰ ਐਵੇਂ ਲੱਗਦਾ ਕਿ ਕਿਸੇ ਸਹੂਲਤਾਂ ਨਾਲ ਨਹੀਂ ਆਉਂਦੀ ਜੇ ਕਿਸੇ ਸਹੂਲਤਾਂ ਨਾਲ ਆਉਂਦੀ ਹੁੰਦੀ ਨਾ ਜੇ ਕਿਤੇ ਜ਼ਿੰਦਗੀ ਜਿਉਣ ਲਈ ਬਹੁਤ ਵੱਡੀਆਂ ਸਹੂਲਤਾਂ ਦੀ ਲੋੜ ਹੁੰਦੀ ਤਾਂ ਸ਼ਾਹਰੂਖ ਖਾਨ ਦੇ ਮੁੰਡੇ ਨੂੰ ਪੁੱਠੇ ਕੰਮ ਕਰਨੇ ਨਾ ਪੈਂਦੇ ਜਿੰਨੇ ਪਰਸੈਂਟ ਰੇਸ਼ੋ ਜ਼ਿੰਦਗੀ ਤੋਂ ਤੰਗ ਲੋਕਾਂ ਦੀ ਮਰਨ ਦੀ ਆ ਹੂੰ ਉਨੇ ਪਰਸੈਂਟ ਹੀ ਜ਼ਿੰਦਗੀ ਤੋਂ ਬਹੁਤ ਖੁਸ਼ ਲੋਕਾਂ ਦੀ ਵੀ ਆ ਸ਼ਾਹਰੂਖ ਖਾਨ ਦੇ ਮੁੰਡੇ ਨੂੰ ਮੁਸੀਬਤ ਮੁੱਲ ਲੈਣ ਦੀ ਕਿਉਂ ਲੋੜ ਪਈ ਹੂੰ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਤੋਂ ਬਿਨਾ ਮਜ਼ਾ ਹੀ ਖਤਮ ਹੋ ਗਿਆ ਸੀ ਹਾਂ ਤਾਂ ਉਹਨਾਂ ਨੂੰ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਨੂੰ ਮੁਸੀਬਤਾਂ ਕਿਹੜੇ ਮੁੱਲ ਮੁੱਲ ਲੈਣੀਆਂ ਪੈਂਦੀਆਂ ਰਤਨ ਇੱਕ ਨਾ ਬਹੁਤ ਚਿਰ ਪਹਿਲਾਂ ਕਵਿਤਾ ਲਿਖੀ ਸੀ ਜੀ ਮੈਂ ਉਹ ਸੁਣਾਉਣਾ ਅਹ ਲਿਖਦੇ ਵੀ ਰਹੇ ਮੈਂ ਚੰਨੀ ਵਾਂਗੂ ਸਾਰੇ ਕੰਮ ਹੀ ਕੀਤੇ ਆ ਮੈਂ ਲਿਖਦਾ ਵੀ ਰਿਹਾ ਸਦਾ ਬੰਨ ਹੀਰੇ ਕੋਲੇ ਦੀ ਦਾਵ ਸਹਿ ਕੇ ਸਦਾ ਬੰਨ ਹੀਰੇ ਕੋਲੇ ਦੀ ਦਾਵ ਸਹਿ ਕੇ ਇੱਥੇ ਮਿਹਨਤਾਂ ਜਿੱਤਦੀਆਂ ਸੱਜਣਾ ਚਮਤਕਾਰ ਨਹੀਂ ਜਿੱਤ। ਤਾਂ ਮੇਰੀ ਜ਼ਿੰਦਗੀ 'ਚ ਘੋੜਾ ਆਇਆ ਤਾਂ ਮੈਨੂੰ ਐ ਲੱਗਿਆ ਕਿ ਬਸ ਮੈਂ ਜੋ ਗੱਲ ਕਹਿਣਾ ਤੇ ਇਹ ਕਹਿੰਦੀ ਆ ਕਮਾਲ ਆ ਸਗ ਜੰਦਰ। ਤੂੰ ਕਮਾਲ ਆ। ਹੂੰ ਬਸ ਮੈਂ ਉਹਦੇ ਨਾਲ ਗੱਲਾਂ ਕਰਦਾ ਚੱਲਿਆ ਗਿਆ ਤੇ ਉਹੀ ਗੱਲਾਂ ਮੈਂ ਲੋਕਾਂ ਨੂੰ ਦੱਸਣ ਲੱਗ ਗਿਆ ਕਿ ਭਾਈ ਮੇਰੀ ਤੇ ਇਹਦੀ ਆ ਗੱਲ ਹੁੰਦੀ ਆ। ਬਸ ਲੋਕਾਂ ਨੂੰ ਪਸੰਦ ਆਈ ਗਈਆਂ ਤੇ ਮੇਰਾ ਟਾਂਜਾ ਚੱਲ ਪਿਆ। ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਟਾਕ ਵਿਦ ਰਤਨ ਜੇਸੀ ਪੰਜਾਬ ਖਿੱਤੇ ਦੀ ਗੱਲ ਕਰਦੇ ਆਂ ਪੰਜਾਬ ਖਿੱਤੇ ਨੇ ਬਹੁਤ ਸਾਰੇ ਲੋਕ ਜਿਹੜੇ ਲੋਕਾਂ ਤੋਂ ਹੋਰ ਲੋਕ ਬੜਾ ਕੁਝ ਸਿੱਖਦੇ ਨੇ ਇਨਸਪਾਇਰ ਹੁੰਦੇ ਨੇ ਆਪਣੇ ਆਪ ਨੂੰ ਇੱਕ ਪੋਜ਼ਿਟਿਵ એનર્ਜੀ ਵੱਲ ਲੈ ਕੇ ਜਾਂਦੇ ਨੇ ਹਾਂ ਪੱਖੀ ਹੁੰਘਾਰਿਆਂ ਵੱਲ ਲੈ ਕੇ ਜਾਂਦੇ ਨੇ ਅਜਿਹੇ ਬੜੇ ਲੋਕ ਨੇ ਪੰਜਾਬ ਦੇ ਵਿੱਚ हां आजकल YouTube चैनल्स भी बड़े चल रहे हैं ते उना YouTube चैनलां दे ਉੱਤੇ मोटिवेशनल जेड़े स्पीकर ਨੇ ओ ਲੱਖਾਂ ਦਾ ਇਕੱਠ ਦਿਖਾਉਂਦੇ ਨੇ ਤੇ ਬੜਾ ਕੁਝ ਹੋਰ ਵੀ ਹੁੰਦਾਗਾ ਪਰ ਜੇ ਤੁਸੀਂ ਕਿਸੇ ਤੋਂ ਇਨਸਪਾਇਰ ਹੋਣਾਗਾ ਆਪਦੀ ਜ਼ਿੰਦਗੀ ਨੂੰ ਹਾਂ ਵਾਲੇ ਪਾਸੇ ਨੂੰ ਲੈ ਕੇ ਜਾਣਾਗਾ ਆਪਦੀ ਜ਼ਿੰਦਗੀ ਨੂੰ ਜ਼ਿੰਦਗੀ ਜਿੰਦਾਬਾਦ ਵਾਲੇ ਪਾਸੇ ਲੈ ਕੇ ਜਾਣਾਗਾ ਤਾਂ ਮੋਟੀਵੇਸ਼ਨਲ ਸਪੀਕਰ ਦੀ ਜ਼ਰੂਰ ਕਿਤੇ ਨਾ ਕਿਤੇ ਲੋੜ ਜ਼ਰੂਰ ਪੈਂਦੀ ਆ ਪਰ ਐਨੀ ਲੋੜ ਵੀ ਨਹੀਂ ਪੈਂਦੀ ਜਿੰਨੀ ਤੁਸੀਂ ਬਣਾ ਲੈਨੇਓ ਕਈ ਵੀਡੀਓਜ਼ ਆ YouTube ਦੇ ਉੱਤੇ ਪੰਜਾਬ ਦੇ ਵੱਖ-ਵੱਖ ਚੈਨਲ ਨੇ ਕੋਈ ਕੁਝ ਦਿਖਾ ਰਿਆ ਕੋਈ ਕੁਝ ਦਿਖਾ ਰਿਆ ਪਰ ਹਰ ਇੱਕ ਵੀਡੀਓ ਦੇ ਵਿੱਚੋਂ ਕੁਛ ਨਾ ਕੁਛ ਚੰਗਾ ਸਿੱਖਣ ਨੂੰ ਮਿਲਦਾ ਹੈਗਾ ਤੇ ਬੜੇ ਲੋਕ ਵਾਇਰਲ ਹੋਏ ਨੇ ਬੜੇ ਲੋਕ ਬਹੁਤ ਲੋਕਾਂ ਦੇ ਵਿੱਚ ਪਪੂਲਰ ਹੋਏ ਨੇ ਤੇ ਉਹਨਾਂ ਲੋਕਾਂ ਦੇ ਵਿੱਚ ਜੇ ਸੀ ਗੱਲ ਕਰਨੀ ਹੋਵੇ ਠੇਠ ਪੰਜਾਬੀ ਜਾਂ ਠੇਠ ਮਲਵਈਆ ਵਾਲੀ ਜਾਂ ਕਹਿ ਦਈਏ ਦੇਸੀ ਗੱਲ ਕਰਨੀ ਹੋਵੇ ਜਮਾਂ ਸਿੱਧੀ ਸਪਸ਼ਟ ਜੱਟਾਂ ਵਾਲੀ ਉਨ੍ਹਾਂ ਦੇ ਵਿੱਚੋਂ ਇੱਕ ਨਾਮ ਉੱਭਰ ਕੇ ਸਾਹਮਣੇ ਆਇਆ ਸੁਖਜਿੰਦਰ ਸਿੰਘ ਲੋਪੋ ਜਿਨ੍ਹਾਂ ਦਾ ਇੱਕ ਪੇਚ ਚੱਲਦਾ ਸ਼ੌਂਕੀ ਸਰਦਾਰ ਦੇ ਤੌਰ ਤੇ ਜਾਣਦੇ ਆ ਅੱਜ ਕੱਲ ਪਿੰਡ ਦੇ ਵਿੱਚ ਐਡਰੈਸ ਵੀ ਆਈਆਂ ਕਿ ਪੁੱਛਿਆ ਜਾਂਦਾ ਵੀ ਸ਼ੌਂਕੀ ਸਰਦਾਰ ਦੇ ਘਰੇ ਜਾਣਾਗਾ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੀ ਪਿਛਲੇ ਸਾਲਾਂ ਦੇ ਵਿੱਚ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਪਰ ਅੱਜ ਗੱਲਬਾਤ ਉਹ ਗੱਲਬਾਤ ਤੋਂ ਅਗਾਹ ਵਾਲੀ ਹੋਊਗੀ ਅੱਗੇ ਵਾਲੀ ਸ਼ੁਰੂ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸੁਖਜਿੰਦਰ ਲੋਪੋ ਲੋਪੋ ਜੀ ਸਵਾਗਤ ਹੈ ਜੀ ਤੁਹਾਡਾ ਬਾਈ ਸਵਾਗਤ ਹੈ ਠੀਕ ਠਾਕ ਬਹੁਤ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਬਾਈ ਚੜਦੀ ਕਲਾ ਜ਼ਿੰਦਗੀ ਜ਼ਿੰਦਾਬਾਦ ਬਿਲਕੁਲ ਭਾਈ ਜ਼ਿੰਦਗੀ ਅਸਲ ਦੇ ਵਿੱਚ ਨਾ ਜ਼ਿੰਦਗੀ ਇੱਕ ਫਿਲਮ ਵਰਗੀ ਹੁੰਦੀ ਆ ਜੀ ਜਿੱਦੀ ਵਿਲਨ ਸਾਈਡ ਰੱਬ ਲਿਖਦਾ ਹਾਂ ਤੇ ਉਹਦੇ ਹੀਰੋ ਵੀ ਤੁਸੀਂ ਆ ਤੇ ਹੀਰੋ ਸਾਈਡ ਵੀ ਤੁਸੀਂ ਲਿਖਦੇ ਆ ਹੂੰ ਜਦੋਂ ਕੋਈ ਬੰਦਾ ਕਈ ਵਾਰ ਕੀ ਹੁੰਦਾ ਕਿ ਕਈ ਕਈ ਬੰਦੇ ਵੈਸੇ ਆਪਾਂ ਫਿਲਮਾਂ ਦੇਖਦੇ ਆ ਜੀ ਤਾਂ ਜਿਹੜਾ ਘੈਂਟ ਹੀਰੋ ਆ ਉਹਦੇ ਲਈ ਘੈਂਟ 빌ਨ ਲਿਖਿਆ ਜਾਂਦਾ ਤੇ ਘੈਂਟ ਹੀ 빌ਨ ਲਿਆ ਜਾਂਦਾ ਹੂੰ ਜਿਹੜਾ ਮਾੜਾ ਜਾਂ ਮਾਚੜੂ ਜਾਂ ਉਹਦੇ ਲਈ ਮਾੜਾ 빌ਨ ਲਿਖਿਆ ਜਾਂਦਾ ਤੇ ਮਾੜਾ ਲਿਆ ਜਾਂਦਾ ਜੀ ਫਿਰ ਉਹ ਮਾੜੇ ਨੂੰ ਹਰਾ ਕੇ ਘੈਂਟ ਦੱਸੂਗਾ ਹੂੰ ਹੁਣ ਬਾਹਲੇ ਬੰਦੇ ਕਹਿੰਦੇ ਯਾਰ ਮੇਰੀ ਜ਼ਿੰਦਗੀ ਉਹ ਤੰਗ ਵਾਲੀ ਆ ਹੂੰ ਤਾਂ ਉਹ ਇਹ ਨਹੀਂ ਸੋਚਦੇ ਕਿ ਮੈਨੂੰ ਰੱਬ ਨੇ ਘੈਂਟ ਹੀਰੋ ਤੌਰ ਤੇ ਲੈ ਕੇ ਘੈਂਟ 빌ਨ ਲਿਖਿਆ ਮੇਰੀ ਜ਼ਿੰਦਗੀ ਦੇ ਵਿੱਚ ਬੜੇ ਬੰਦੇ ਕਹਿੰਦੇ ਯਾਰ ਮੇਰੀ ਜ਼ਿੰਦਗੀ ਚ ਆਮ ਮੁਸੀਬਤਾਂ ਕਾ ਤੋਂ ਆ ਜੀ ਅਸਲ ਦੇ ਵਿੱਚ ਕਾਰਨ ਕੀ ਹੈ ਕਿ ਉਹਨੂੰ ਉਹ ਇਹ ਨਹੀਂ ਸੋਚਦਾ ਉਹ ਇਸ ਫਿਲਮ ਨੂੰ ਨਹੀਂ ਪੜ੍ਹਦਾ ਉਹ ਸਕ੍ਰਿਪਟ ਨੂੰ ਨਹੀਂ ਪੜ੍ਹਦਾ ਵੀ ਲੇਖਨ ਵਾਲੇ ਨੇ ਜੇ ਤੇਰੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਜ਼ਿਆਦਾ ਲਿਖੀਆਂ ਇਹਦਾ ਮਤਲਬ ਤੂੰ ਘੈਂਟ ਹੀਰੋ ਆ ਜੀ ਉਹਨੇ ਤੇਰੀ ਵਿਲਨ ਸਾਈਡ ਘੈਂਟ ਲਿਖਤੀ ਹੁਣ ਹੀਰੋ ਸਾਈਡ ਘੈਂਟ ਲਿਖਣੀ ਆ ਇਹ ਤੇਰਾ ਕੰਮ ਆ ਹੂੰ ਤੇਰਾ ਕੰਮ ਆ ਹੁਣ ਹੁਣ ਇੱਕ ਛੋਟੀ ਜੀ ਗੱਲ ਲੋ ਕਿ ਮੁਸੀਬਤਾਂ ਤੋਂ ਬਿਨਾ ਜ਼ਿੰਦਗੀ ਕਿਹੋ ਜੀ ਹੁੰਦੀ ਆ ਜੀ ਜੀ ਆਪਾਂ ਗੱਲ ਚੜ੍ਹਦੀ ਕਲਾ ਦੀ ਕੀਤੀ ਐ ਮੁਸੀਬਤਾਂ ਤੋਂ ਬਿਨਾ ਜ਼ਿੰਦਗੀ ਕਿਹੋ ਜੀ ਹੁੰਦੀ ਐ ਜੀ ਤੁਸੀਂ ਇੱਕ ਬਹੁਤ ਹੀ ਫੇਵਰੇਟ ਹੀਰੋ ਦੀ ਫਿਲਮ ਦੇਖਣ ਗਏ ਆ ਜੀ ਉਹ ਫਿਲਮ ਤੋਂ ਅਟਾ ਹੀਰੋ ਬੜਾ ਪਸੰਦ ਦਾ ਹੂੰ ਪਰ ਫਿਲਮ ਚ ਉਹ ਬਹੁਤ ਸੌਖੇ ਕਰੇ ਜੰਮਦਾ ਹੂੰ ਸੌਖਾ ਸੌਖਾ ਹੀ ਪੜ ਜਾਂਦਾ ਜੀ ਉਹਦੇ ਨਾਲ ਕੋਈ ਨਹੀਂ ਲੜਦਾ ਉਹਨੂੰ ਮੁਹੱਬਤ ਹੋ ਜਾਂਦੀ ਐ ਬੜੇ ਸੌਖੇ ਤਰੀਕੇ ਨਾਲ ਵਿਆਹ ਹੋ ਜਾਂਦਾ ਤੇ ਫਿਲਮ ਦਾ ਐਂਡ ਹੋ ਜਾਂਦਾ ਕੀ ਤੁਸੀਂ ਉਹਨੂੰ ਕਹੋਗੇ ਕਿ ਬਹੁਤ ਵਧੀਆ ਫਿਲਮ ਸੀ ਉਹ ਹੂੰ ਭਾਵੇਂ ਤਾਂ ਅਡਾ ਕਿੱਟਾ ਵੀ ਫੇਵਰੇਟ ਸੀ ਜੇ ਉਹਦੀ ਜ਼ਿੰਦਗੀ 'ਚ ਜਿਉ ਹੀ ਹੀਰੋ ਬਹੁਤ ਔਖੇ ਘਰੇ ਜੰਮਦਾ ਫਿਰ ਉਸ ਤੋਂ ਬਾਅਦ ਉਹ ਮੁਸ਼ਕਲ ਦੇ ਨਾਲ ਉੱਠਦਾ ਫਿਰ ਉਹ ਕਹਾਣੀ ਦਾ ਤਕੜਾ ਡੀ ਐਂਡ ਦੇ ਹੰਦ ਹੁੰਦਾ ਫਿਰ ਕਹਿੰਦਾ ਯਾਰ ਆਹ ਸਵਾਦ ਆ ਗਿਆ ਬਾਈ ਯਾਰ ਕੈਮਰੇ ਤੇ ਜਿਹੜਾ ਸਕਰੀਨ ਦੇ ਅਗਲੇ ਪਾਸੇ ਬੈਠਾ ਕੋਈ ਵੀ ਬੰਦਾ ਜੀ ਉਹ ਉਹ ਹੀਰੋ ਆ ਹਾਂ ਪਰਮਾਤਮਾ ਨੇ ਉਹਨੂੰ ਲੈ ਕੇ ਇੱਕ ਕਹਾਣੀ ਲਿਖੀ ਆ ਹੂੰ ਉਹਦੀ ਜ਼ਿੰਦਗੀ 'ਚ ਜੇ ਮੁਸੀਬਤਾਂ ਤਾਂ ਉਹਨੂੰ ਘੈਂਟ ਮੰਨ ਕੇ ਲਿਖੀ ਆ ਹੂੰ ਕਿ ਨੰਗੂਗਾ ਹੁਣ ਜੇ ਕੋਈ ਬੰਦਾ ਉੱਥੇ ਉਹ ਹੀਰੋ ਜੀ ਜ਼ਿੰਦਗੀ ਦੀਆਂ ਮੁਸੀਬਤਾਂ ਤੋਂ ਹਾਰ ਕੇ ਆਪਦੀ ਕਹਾਣੀ ਦਾ ਡੀ ਐਂਡ ਖੁਦਕਸ਼ੀ ਨਾ ਕਰ ਜਾਂਦਾ। ਤੋ ਇੰਨੀ ਦੁਨੀਆਂ ਦਾ ਦਰਸ਼ਕਾਂ ਨੂੰ ਨਰਾਜ਼ ਕਰ ਜਾਂਦਾ। ਜੀ। ਉਹ ਪਰਮਾਤਮਾ ਨੂੰ ਬਣਾਉਣ ਵਾਲੇ ਨੂੰ ਵੀ ਨਰਾਜ਼ ਕਰ ਜਾਂਦਾ। ਉਹ ਕਹਿੰਦਾ ਕਿ ਯਾਰ ਮੈਂ ਤਾਂ ਤੈਨੂੰ ਘੈਂਟ ਮੰਨ ਕੇ ਫਿਲਮ ਲਿਖੀ ਸੀ ਯਾਰ। ਵੀ ਤੂੰ ਇਹਦੇ ਵਿੱਚੋਂ ਕੋਈ ਸਟੋਰੀ ਕੱਢੇਂਗਾ ਤੇ ਦੁਨੀਆ ਨੂੰ ਚਲਾਵੇਂਗਾ ਮੇਰੀ ਨੂੰ। ਤੇ ਜੇ ਤੂੰ ਖੁਦਕਸ਼ੀ ਕਰ ਜਾਂਨਾ, ਫਿਲਮ ਨੂੰ ਵਿਚਾਲੇ ਛੱਡ ਜਾਂਨਾ। ਜੀ। ਤਾਂ ਇਹਦਾ ਮਤਲਬ ਤੂੰ ਮਾੜਾ ਹੀਰੋ ਤੇ ਮਾੜਾ ਸਕ੍ਰਿਪਟ ਰਾਈਟਰ ਹੈ। ਕਿਉਂਕਿ ਹੀਰੋ ਸਾਈਡ ਤੂੰ ਖੁਦ ਲਿਖਣੀ ਸੀ ਹਾਂ ਤੇ ਹੁਣ ਆਪਾਂ ਗੱਲ ਇੱਥੇ ਆ ਜਾਂਦੀ ਹੈ ਜ਼ਿੰਦਗੀ ਦੀ ਵੀ ਕਿ ਬਾਈ ਜ਼ਿੰਦਗੀ ਦੀ ਹੀਰੋ ਸਾਈਡ ਕੋਈ ਵੀ ਬੰਦਾ ਆਪ ਲਿਖਦਾ ਹਾਂ ਤੇ ਹੀਰੋ ਵੀ ਉਹ ਖੋਦਾ ਹੂੰ ਜਿੱਦੀ ਵੱਡੀ ਮੁਸੀਬਤ ਆ ਪ੍ਰਮਾਤਮਾ ਨੇ ਓਡਾ ਘੈਂਟ ਹੀਰੋ ਮੰਨ ਕੇ ਉਹਨੂੰ ਲਿਖੀ ਆ ਤੇ ਜਿਹੜਾ ਆਪਦੇ ਹੀਰੋ ਸਾਈਡ ਘੈਂਟ ਲਿਖ ਲੂਗਾ ਤੇ ਨਵਾ ਦੂਗਾ ਉਹਦੀ ਜ਼ਿੰਦਗੀ ਜਿੰਦਾਬਾਦ ਆ ਹੋਰ ਕੋਈ ਬਹੁਤੇ ਪੈਸੇ ਹੋਣ ਨਾਲ ਜਾਂ ਕੋਈ ਬਹੁਤੀ ਸ਼ੋਹਰਤ ਹੋਣ ਨਾਲ ਕੋਈ ਘੈਂਟ ਨਹੀਂ ਬਣ ਜਾਂਦਾ ਹੂੰ ਕੋਈ ਬੰਦਾ ਇਸ ਗੱਲ ਲਈ ਵੱਡਾ ਨਹੀਂ ਹੋ ਜਾਂਦਾ ਕਿ ਉਹ ਕਿੰਨੀ ਵੱਡੀ ਗੱਡੀ ਚਾਹ ਰਿਹਾ ਉਹਦਾ ਵੱਡਪਨ ਇਸ ਗੱਲ ਚ ਆ ਕਿ ਉਹ ਮਾੜੀ ਗੱਡੀ ਵਾਲੇ ਨੂੰ ਦੇਖ ਕੇ ਟਾਇਰ ਕਿੰਨੇ ਕੱਚੇ ਲਾਉਂਦਾ ਹੂੰ ਕੋਈ ਬੰਦਾ ਕਿਸੇ ਵੱਡੇ ਵਿਆਹ ਚ ਜਾਣ ਨਾਲ ਵੱਡਾ ਨਹੀਂ ਹੋ ਜਾਂਦਾ ਹੂੰ ਉਹ ਉੱਥੇ ਜਾ ਕੇ ਬੇਟਰਾਂ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਇਸ ਗੱਲ ਨਾਲ ਵੱਡਾ ਹੁੰਦਾ ਜੀ ਕਿਸੇ ਬੰਦੇ ਦੇ ਤਨ ਦੇ ਉੱਪਰ ਕੱਪੜੇ ਕਿੰਨੇ ਮਹਿੰਗੇ ਪਾਏ ਆ ਕਿ ਕੋਈ ਇਸ ਗੱਲ ਨਾਲ ਵੱਡਾ ਨਹੀਂ ਹੋ ਜਾਂਦਾ ਹੂੰ ਕਿਸੇ ਦੇ ਅੰਦਰ ਤਾਂ ਦੇ ਦਿਲ ਕਿੰਨਾ ਚੰਗਾ ਇਸ ਗੱਲ ਨਾਲ ਕੋਈ ਵੱਡਾ ਹੋ ਜਾਂਦਾ ਉਹ ਇਸ ਗੱਲ ਨਾਲ ਉਹਦਾ ਬੜਪਨ ਸ਼ੋ ਹੁੰਦਾ ਵੀ ਜੇ ਕੋਈ ਬੰਦਾ ਇਹ ਸੋਚੇ ਕਿ ਯਾਰ ਵੱਡਾ ਬਣ ਲਈ ਵੱਡੇ ਪੈਸੇ ਦੀ ਲੋੜ ਆ ਜਾਂ ਵੱਡੀ ਸ਼ੋਹਰਤ ਦੀ ਲੋੜ ਆ ਇਹ ਫਿਰ ਮੇਰੇ ਹਿਸਾਬ ਨਾਲ ਖੁਦਕਸ਼ੀ ਕਰਨ ਵਾਲੀਆਂ ਗੱਲਾਂ ਹੁੰਦੀਆਂ ਜੇ ਤੁਸੀਂ ਆਪਦੀ ਜ਼ਿੰਦਗੀ 'ਚ ਮੁਸੀਬਤਾਂ ਨੂੰ ਹਰਾ ਕੇ ਕਿਸੇ ਥਾਂ ਤੇ ਸਖਾਲੇ ਥਾਂ ਤੇ ਖੜੇ ਹੋ ਗਏ ਹਨਾ ਤਾਂ ਫਿਰ ਵੀ ਤੁਸੀਂ ਵੱਡੇ ਹੀ ਆ ਜੇ ਅੱਜ ਦੇ ਟਾਈਮ ਦੀ ਗੱਲ ਕਰਦੇ ਆਂ ਜੀ ਜਾਂ ਆਪਾਂ ਗੱਲ ਕਰੀਏ ਆਪਣੇ ਹੀ ਖਿੱਤੇ ਦੀ ਪੰਜਾਬ ਦੀ ਹੀ ਗੱਲ ਕਰਾਂਗੇ ਜੀ ਬਹੁ ਰੂਪੀ ਗੱਲਾਂਆਂ ਗਿਆ ਪਰ ਜੇ ਇਸ ਚੀਜ਼ ਨੂੰ ਲੈ ਕੇ ਗੱਲ ਕਰਦੇ ਆਂ ਇਨਸਪਾਇਰਿੰਗ ਗੱਲ ਜਾਂ ਹਾਂ ਪੱਕੀ ਹੰਗਾਰੇ ਦੀ ਗੱਲ ਕਰਦੇ ਜੀ ਤੁਹਾਨੂੰ ਕੀ ਲੱਗਦਾ ਜਿਹੜਾ ਪੰਜਾਬ ਦਾ ਨੌਜਵਾਨ ਆ ਪੰਜਾਬ ਦਾ ਯੂਥ ਆ ਜੀ ਕੱਲਾ ਉਹ ਮਾੜਾ ਨਹੀਂ ਚੰਗਾ ਵੀ ਬਹੁਤ ਆ ਬਹੁ ਗਿਣਤੀ ਆ ਹਾਲਾਂਕਿ ਉਹ ਦਿਖਾਇਆ ਨਹੀਂ ਜਾਂਦਾ ਕਿਤੇ ਨਾ ਕਿਤੇ ਛੁਪਿਆ ਹੋਇਆ ਰਹ ਜਾਂਦਾਗਾ ਜੀ ਤੁਸੀਂ ਇਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਯੂਥ ਨੂੰ ਪੰਜਾਬ ਦੀ ਜਿਹੜੀ ਜ਼ਿੰਦਗੀ ਦੌੜ ਰਹੀ ਆ ਜਾਂ ਨਵੇਂ ਹੱਥਾਂ ਦੇ ਵਿੱਚ ਜਿਹੜੀ ਕਮਾਂਡ ਆਈ ਆ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਰੀ ਚੀਜ਼ ਜਿਹੜੀ ਤਾਂ ਨਵੇਂ ਹੱਥਾਂ ਚ ਕਮਾਂਡ ਆਈ ਆ ਮੈਂ ਨਾ ਕੋਈ ਮੇਰੇ ਕੋਲੇ ਤਾਂ ਇੱਕ ਛੋਟਾ ਜਿਹਾ ਪਮਾਨਾ ਮੈਂ ਕਈ ਵਾਰੀ ਵੱਡੀ ਚੀਜ਼ ਨੂੰ ਬਹੁਤ ਛੋਟੇ ਪਮਾਨੇ ਚ ਨਾਪ ਲੈਣਾ ਤੇ ਕਈ ਵਾਰੀ ਛੋਟੀਆਂ ਚੀਜ਼ਾਂ ਵੱਡੇ ਪਮਾਨਿਆਂ ਚ ਵੀ ਨਾਪੀਆਂ ਨਹੀਂ ਜਾਂਦੀਆਂ ਮੇਰੇ ਕੋਲੇ ਤਾਂ ਇੱਕ ਛੋਟਾ ਜਿਹਾ ਕੰਡਾ ਹੈ ਹਾਂ ਭਈ ਜੇ ਤਾਂ ਤੁਸੀਂ ਨਵੀਂ ਕਮਾਂਡ ਦੀ ਗੱਲ ਕਰਦੇ ਆ ਜੀ ਤਾਂ ਇਹਨੂੰ ਨਾਪਣ ਲਈ ਇੱਕ ਹੀ ਗੱਲ ਹੈ ਕਿ ਤੁਸੀਂ ਲੀਡਰ ਨੂੰ ਨਾਪਣਾ ਹੈ ਹੂੰ ਕਿ ਉਹ ਚੰਗਾ ਤੁਹਾਡੇ ਲਈ ਕਿ ਮਾੜਾ ਹੈ ਹਾਂ ਤਾਂ ਨਾਪ ਲੋ ਕਿ ਉਹ ਨੈਕਸਟ ਇਲੈਕਸ਼ਨ ਲਈ ਕੰਮ ਕਰ ਰਿਹਾ ਕਿ ਨੈਕਸਟ ਜਨਰੇਸ਼ਨ ਲਈ ਕੰਮ ਕਰ ਰਿਹਾ ਹਾਂ ਜੇ ਤਾਂ ਉਹਨੇ ਨੈਕਸਟ ਇਲੈਕਸ਼ਨ ਲਈ ਕੰਮ ਕਰ ਰਿਹਾ ਹੂੰ ਤਾਂ ਉਹ ਮਾੜਾ ਹੈ ਜੇ ਉਹ ਨੈਕਸਟ ਜਨਰੇਸ਼ਨ ਲਈ ਕੰਮ ਕਰ ਰਿਹਾ ਤਾਂ ਉਹ ਚੰਗਾ ਹੁਣ ਮੈਂ ਮੋਟਾ ਜਿਹਾ ਹਿਸਾਬ ਤੁਹਾਨੂੰ ਦੱਸ ਦਿਆਂ ਹਾਂ ਕਿ ਹਜ਼ਾਰ-ਹਜ਼ਾਰ ਰੁਪਈਆ ਆਪਾਂ ਉਹ ਨੌਜਵਾਨਾਂ ਵਾਲੀ ਗੱਲ ਤੇ ਫੇਰ ਆਉਂਦੇ ਆਂ ਜੀ ਹਜ਼ਾਰ-ਹਜ਼ਾਰ ਰੁਪਈਆ ਹਮ ਇੱਕ ਔਰਤ ਨੂੰ ਦੇਣ ਦੀ ਗੱਲ ਆਖੀ ਹਮ ਮੈਂ ਕਹਿੰਨਾ ਕਿ ਸਰਕਾਰ ਦੇਵੇ ਹਮ ਜੇ 1000 ਰੁਪਈਆ ਇੱਕ ਔਰਤ ਨੂੰ ਮਿਲਦਾ ਤਾਂ ਉਹਦੀ ਜ਼ਿੰਦਗੀ ਕਿੰਨੀ ਕੁ ਸਖਾਲੀ ਹੋ ਜਾਂਦੀ ਹੈ ਜੀ ਪਰ ਇੱਕ ਬੰਦੇ ਦਾ ਜੇ ਹੈਲਥ ਇੰਸ਼ੋਰੈਂਸ ਕਰਾਉਣਾ ਹੋਵੇ ਹਮ ਤਾਂ 10000 ਰੁਪਏ ਚ ਹੋ ਜਾਂਦਾ ਤੇ ਏਜੰਟ ਨੂੰ ਚੋ 3000 ਮਿਲਦੇ ਮਤਲਬ ਸਰਕਾਰ 7000 ਰੁਪਏ ਦੇ ਵਿੱਚ ਹਮ ਹੈਲਥ ਇੰਸ਼ੋਰੈਂਸ ਕਰ ਦੂਗੀ ਕਿਸੇ ਅਕੋਰਤਾ ਦਾ ਹੈਲਥ ਇੰਸ਼ੋਰੈਂਸ ਦਾ ਤੇ 1000 ਰੁਪਿਆ ਨਗਦ ਮਿਲਣ ਦਾ ਕੀ ਫਰਕ ਆ 1000 ਰੁਪਿਆ ਨਗਦ ਮਿਲਿਆ ਤਾਂ ਉਹਨੇ ਆਪਦੇ ਬੱਚਿਆਂ ਦਾ ਕੋਈ ਭਵਖ ਨਹੀਂ ਸਵਾਰਿਆ ਹੂੰ ਪਰ ਜੇ ਉਹਨੂੰ ਹੈਲਥ ਇੰਸ਼ੋਰੈਂਸ ਮਿਲਿਆ ਹੂੰ ਤਾਂ ਹੁੰਦਾ ਕੀ ਆ ਜਦੋਂ ਕੋਈ ਔਰਤ ਬਿਮਾਰ ਹੁੰਦੀ ਆ ਹੂੰ ਉਹ ਬਾਲੀ ਢਿੱਲੀ ਹੋ ਗਈ ਮਰ ਗਈ ਤਾਂ ਉਹਦੇ ਬੱਚਿਆਂ ਤੋਂ ਸਾਇਆ ਉੱਠ ਗਿਆ ਹੂੰ ਇਹ ਵੀ ਬੱਚੇ ਦਾ ਭਵਖ ਖਰਾਬ ਹੋ ਗਿਆ ਜੀ ਤੇ ਜੇ ਉਹ ਢਿੱਲੀ ਹੋ ਕੇ ਉਹਨੇ ਇਲਾਜ ਕਰਾਇਆ ਤੇ ਉਹਦਾ ਘਰ-ਬਾਰ ਤੇ ਜਾਇਦਾਦ ਵਿੱਗ ਗਈ ਤੇ ਫਿਰ ਵੀ ਉਹਦੇ ਬੱਚੇ ਦਾ ਭਵਕ ਖਰਾਬ ਹੋ ਗਿਆ ਤੇ ਜੇ ਹੈਲਥ ਇੰਸ਼ੋਰੈਂਸ ਉਹਦੇ ਕੋਲੇ ਹੋਇਆ ਤੇ ਦੋਨੇ ਗੱਲਾਂ ਹੋਣੋਂ ਬਚ ਗਈਆਂ ਇਹ ਨੈਕਸਟ ਜਨਰੇਸ਼ਨ ਲਈ ਗੱਲ ਨਹੀਂ ਹੋਗੀ ਜੀ ਸਹੀ ਠੀਕ ਹੈ ਘੱਟ ਪੈਸੇ ਚ ਨੈਕਸਟ ਜਨਰੇਸ਼ਨ ਲਈ ਗੱਲ ਹੋਗੀ ਜੇ ਪਲਾਨ ਨਹੀਂ ਤਿਆਰ ਹੋਇਆ ਤਾਂ ਇਹ ਫਿਰ ਨੈਕਸਟ ਇਲੈਕਸ਼ਨ ਲਈ ਹੋ ਗਿਆ ਨੈਕਸਟ ਜਨਰੇਸ਼ਨ ਲਈ ਨਹੀਂ ਮੈਨੂੰ ਐਵੇਂ ਲੱਗਦਾ ਕਿ ਜਦੋਂ ਜਦੋਂ ਤੱਕ ਲੋਕ ਅਗਲਿਆਂ ਲਈ ਆਪਣੇ ਤੋਂ ਪਿਛਲਿਆਂ ਲਈ ਨਹੀਂ ਮੰਗਦੇ ਜਿਹੜੀ ਗੱਲ ਹੈਗੀ ਜੂਤ ਦੀ ਹੂੰ ਕਿ ਯਾਰ ਅਸੀਂ ਮਤਲਬ ਹੀ ਜ਼ਿਆਦਾ ਹੂੰ ਸਾਨੂੰ ਐ ਲੱਗਦਾ ਕਿ ਸਾਡੇ ਅਸੀਂ ਉਹ ਹੀ ਹਾਸਲ ਕਰ ਗਏ ਅਸੀਂ ਉਹ ਹੀ ਹਾਸਲ ਕਰ ਲਏ ਅਸੀਂ ਉਹ ਹੀ ਬੁਰਕ ਪਰ ਲਏ ਹੂੰ ਅਸੀਂ ਉਹ ਹੀ ਜਿਉਂ ਲਏ ਹੂੰ ਜੇ ਛਾਇਦ ਆਪਣੇ ਪੁਰਖੇ ਐਵੇਂ ਸੋਚਦੇ ਤਾਂ ਆਪਾਂ ਜਿਉਂਦੇ ਨਾ ਹੁੰਦੇ ਤੇ ਜੇ ਹੁਣ ਆਪਾਂ ਇਹ ਸੋਚ ਰਹੇ ਆ ਤਾਂ ਫਿਰ ਸ਼ਾਇਦ ਗਾਂ ਵਾਲੀ ਪੀੜੀ ਨਹੀਂ ਜਿਉਂਦੀ ਹੋਊਗੀ ਹੂੰ ਠੀਕ ਆ ਨਾ ਵੀ ਮੈਨੂੰ ਐਵੇਂ ਲੱਗਦਾ ਵੀ ਕੁਛ ਨਾ ਕੁਛ ਵੀ ਇਹ ਇਸ ਚੀਜ਼ ਦੀ ਜ਼ਰੂਰ ਸਾਡੇ ਨੌਜਵਾਨਾਂ 'ਚ ਕਮੀ ਆ ਕਿ ਸਾਡਾ ਨੌਜਵਾਨ ਕਹਿੰਦਾ ਕਿ ਬਸ ਜੀ ਲਿਆ ਖਾ ਲਿਆ ਹੰਡਾ ਲਿਆ ਕੱਲ ਕੀਨੇ ਦੇਖਿਆ ਹੂੰ ਜਿੰਨਾ ਚਿਰ ਕੋਈ ਕੱਲ ਨਹੀਂ ਦੇਖਦਾ ਕੱਲ ਨਹੀਂ ਸੋਚਦਾ ਉਹਨਾਂ ਚਿਰ ਉਹਦਾ ਕੱਲ ਬਿਹਤਰ ਵੀ ਨਹੀਂ ਹੁੰਦਾ ਹਾਂ ਇਨਸਾਨ ਉਹ ਆ ਜਿਹੜਾ ਭਵਿੱਖ ਨੂੰ ਧਿਆਨ 'ਚ ਰੱਖ ਕੇ ਵਰਤਮਾਨ ਨੂੰ ਮਾਣੇ ਹੂੰ ਉਹ ਇਨਸਾਨ ਆ ਫਿਰ ਦੂਜੂ ਤਾਂ ਪਸ਼ੂ ਵੀ ਜਾਨ ਲੈਂਦੇ ਆ ਜਿਉਂ ਲੈਂਦੇ ਆ ਜੇ ਬੰਦੇ ਚ ਤੇ ਪਸ਼ੂ ਚ ਕੋਈ ਅੰਤਰ ਲੱਭਣਾ ਹੋਵੇ ਹੂੰ ਤਾਂ ਪਸ਼ੂ ਵੀ ਆਪਣੇ ਬੱਚੇ ਨੂੰ ਦੁੱਧ ਪਿਆ ਦਿੰਦਾ ਹੂੰ ਪਸ਼ੂ ਵੀ ਆਪਣੇ ਬੱਚੇ ਨੂੰ ਪਾਲ ਲੈਂਦਾ ਹੂੰ ਜੇ ਬੰਦੇ ਚ ਤੇ ਪਸ਼ੂ ਚ ਫਰਕ ਇਹੀ ਹੁੰਦਾ ਕਿ ਉਹ ਹੁਣ ਤੱਕ ਇਸ ਧਰਤੀ ਤੇ ਆਪਣੇ ਅਗਲੀਆਂ ਪੀੜ੍ਹੀਆਂ ਲਈ ਅਨੁਕੂਲ ਵਾਤਾਵਰਨ ਨਹੀਂ ਦੇ ਸਕਿਆ ਤਾਂ ਹੀ ਉਹ ਖਤਮ ਹੋ ਰਿਹਾ ਜੀ ਤੇ ਬੰਦੇ ਚ ਤੇ ਪਸ਼ੂ ਚ ਇਹੀ ਅੰਤਰ ਆ ਕਿ ਬੰਦੇ ਨੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਬਿਹਤਰ ਵਾਤਾਵਰਨ ਦਿੱਤਾ ਤਾਂ ਹੀ ਇਹਦੀ ਆਬਾਦੀ ਵੱਧਦੀ ਆ ਤਾਂ ਹੀ ਇਹ ਸਾਰੀ ਦੁਨੀਆ ਤੇ ਕਾਬਜ ਹੋ ਰਿਆ ਤੇ ਜੇ ਹੁਣ ਮੰਨ ਕੇ ਚੱਲੋ ਅਸੀਂ ਇਹ ਸੋਚਣ ਲੱਗ ਜਾਾਂਗੇ ਕਿ ਜੋ ਖਾ ਲਿਆ ਪਹਿਨ ਲਿਆ ਹੰਡਾ ਲਿਆ ਬਸ ਇਹੀ ਦੀ ਦੁਨੀਆ ਨਾ ਅਗਲਿਆਂ ਲਈ ਕੋਸਾ ਤੇ ਨਾ ਪਿਛਲਿਆਂ ਲਈ ਕੋਸਾ ਤਾਂ ਫਿਰ ਖਤਮ ਇਸ ਤੋਂ ਅੱਗੇ ਖਤਮ ਜੀ ਇਹ ਇੱਕ ਗੱਲ ਮੈਂ ਹੋਰ ਕਰਨੀ ਚਾਹੂੰਗਾ ਜਿਵੇਂ ਤੁਸੀਂ ਆਹ ਗੱਲ ਦੱਸੀ ਆ ਜੀ ਹੈਲਥ ਇੰਸ਼ੋਰੈਂਸ ਵਾਲੀ ਬੜੀ ਨਵੀਂ ਗੱਲ ਆ ਹਾਲਾਂਕਿ ਇਹ ਚਰਚਾ ਉੱਠਦੀ ਰਹਿੰਦੀ ਆ ਪਾਲਿਸੀਆਂ ਨੂੰ ਲੈ ਕੇ ਜਾਂ ਆਪਦੀ ਜ਼ਿੰਦਗੀ ਨੂੰ ਸਿਕਿਉਰ ਕਰਨ ਨੂੰ ਲੈ ਕੇ ਚਰਚਾ ਹਰ ਸਿਆਸੀ ਸਟੇਜਾਂ ਤੇ ਹੁੰਦੀ ਰਹਿੰਦੀ ਆ ਪਰ ਜਿਵੇਂ ਅਸੀਂ ਸਿਆਸਤਦਾਨਾਂ ਨੂੰ ਮਿਲਦੇ ਆ ਖਾਸ ਕਰਕੇ ਮੈਂ ਵਿਰੋਧੀਆਂ ਦੀ ਗੱਲ ਕਰੂੰਗਾ ਜੀ ਸੱਤਾਧਰ ਦੀ ਜੀ ਅਸੀਂ ਜਦੋਂ ਉਹਨਾਂ ਨੂੰ ਪ੍ਰਸ਼ਨ ਕਰਦੇ ਆ ਉਹ ਕਹਿੰਦੇ ਆ ਵੀ ਜਿਹੜੇ ਸਿਆਸੀ ਧਿਰ ਵਾਲੇ ਨੇ ਸੌਰੀ ਜਿਹੜੇ ਹੈਗੇ ਆ ਹਕੂਮਤ ਕਰ ਰਹੇ ਨੇ ਜੀ ਉਹਨਾਂ ਬਾਰੇ ਹਜੇ ਕਹਿਣਾ ਬਹੁਤ ਜਲਦੀ ਹੈ ਤੁਹਾਨੂੰ ਲੱਗਦਾਗਾ ਵੀ ਜਿਹੜਾ ਸਮਾਂਗਾ ਉਹ ਸਮਾਂ ਦੇਣਾ ਚਾਹੀਦਾ ਕਿ ਕੁਸ਼ਕ ਟਾਈਮ 'ਚ ਜਾਂ ਜਿਹੜੇ ਕੰਮ ਕਰ ਰਹੇ ਹੋਆ ਜਾਂ ਜਿਹੜੇ ਜਾਂਦੇ ਹੀ ਬੱਚਾ ਕੰਮ ਕਰਨ ਲੱਗ ਜਾਂਦਾਗਾ ਜੀ ਜੀ ਉਹ ਕੰਮਾਂ ਤੋਂ ਕਿਤੇ ਨਾ ਕਿਤੇ ਕੁਛ ਨਾ ਕੁਝ ਚੀਜ਼ਾਂ ਪਤਾ ਲੱਗਣ ਲੱਗੇ ਨੇ ਤੁਸੀਂ ਇਹ ਗੱਲ ਨੂੰ ਕਿਵੇਂ ਦੇਖਦੇ ਹੋ ਜਦੋਂ ਕਿਹਾ ਜਾਂਦਾ ਹੈਗਾ ਵੀ ਨਹੀਂ ਹਜੇ ਤਾਂ 2 ਮਹੀਨੇ ਹੋਇਆ ਦੇਖ ਲਈਏ ਪਰਖ ਲਈਏ 1.5-2 ਸਾਲਾਂ ਤੱਕ ਜਾਂ ਕਹਿ ਦਈਏ ਲੋਕ ਸਭਾ ਤੱਕ ਪਤਾ ਲੱਗ ਜੂ ਵੀ ਪਾਣੀ ਕਿਹੜੇ ਵਹਣਾ ਨੂੰ ਵਹਿੰਦਾ ਹੈਗਾ ਸੋਹਣਿਆ ਵੀਰਾ ਜਿਤੋਂ ਨਾ ਕੋਈ ਕਿਰਨ ਫੁੱਟਦੀ ਹੈ ਨਾ ਉਦੋਂ ਉਹਦਾ ਕਿਸੇ ਪਾਸੇ ਨੂੰ ਜਾਣ ਲਈ ਸੂਤ ਦਾ ਕਿ ਬਾਲ ਜਿੰਨਾ ਵੀ ਫਰਕ ਨਹੀਂ ਹੁੰਦਾ ਹੂੰ ਜਦੋਂ ਉਹ ਜਾ ਕੇ ਤੀਰ ਨਿਸ਼ਾਨੇ ਤੇ ਲੱਗਦਾ ਉਦੋਂ ਤੱਕ ਉਹ ਕਈ ਫੁੱਟਾਂ ਕਈ ਸੈਂਕੜੇ ਦਾ ਫਰਕ ਪਾ ਦਿੰਦਾ ਹੂੰ ਜਦੋਂ ਕੋਈ ਤੀਰ ਜਿੱਥੋਂ ਕਮਾਣ ਚੋਂ ਜਾ ਰਿਹਾ ਨਾ ਜਿੱਥੋਂ ਮੁੱਢ ਵੱਜਣਾ ਹੂੰ ਜੇ ਉੱਥੋਂ ਹੀ ਮਾੜੀ ਮੋਟੀ ਤਾੜ ਦੇ ਕੇ ਸਹੀ ਪਾਸੇ ਨੂੰ ਹੋ ਜੇ ਤਾਂ ਨਿਸ਼ਾਨੇ ਤੇ ਲੱਗ ਜਾਊਗਾ ਹੂੰ ਜੇ ਤੁਹਾਨੂੰ ਲੱਗੇ ਕਿ ਤੀਰ ਛੋਟਣ ਲੱਗਾ ਹੀ ਕਿਸੇ ਪਾਸੇ ਪਾਸੇ ਨੂੰ ਜਾ ਰਿਹਾ ਹੂੰ ਤਾਂ ਫਿਰ ਮੇਰੇ ਹਿਸਾਬ ਨਾਲ ਸਮਾਂ ਨਹੀਂ ਦੇਣਾ ਚਾਹੀਦਾ ਹਾਂ ਜਦੋਂ ਬੰਦੂਖ ਚੋਂ ਗੋਲੀ ਨਿਕਲ ਗਈ ਤੇ ਉਹ ਅੱਧ ਚ ਗਈ ਹੋਈ ਫਿਰ ਤੂੰ ਉਹਨੂੰ ਨਿਸ਼ਾਨੇ ਵੱਲ ਨੂੰ ਨਹੀਂ ਮੋੜ ਸਕਦਾ ਹਾਂ ਠੀਕ ਆ ਕਿ ਨਹੀਂ ਮੈਨੂੰ ਨਹੀਂ ਲੱਗਦਾ ਕਿ ਸਮਾਂ ਦੇਣਾ ਚਾਹੀਦਾ ਮੈਨੂੰ ਨਹੀਂ ਲੱਗਦਾ ਕਿ ਇੰਨਾ ਇੰਤਜ਼ਾਰ ਕਰਨਾ ਚਾਹੀਦਾ ਇਹੀ ਸੋਚ ਕੇ ਕਿ 70 ਸਾਲ ਇੰਤਜ਼ਾਰ ਕਰੀ ਜੇ ਹੂੰ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਜੇ ਤੁਹਾਨੂੰ ਲੱਗਦਾ ਕਿ ਤੀਰ ਕਿਸੇ ਗਲਤ ਪਾਸੇ ਨੂੰ ਚੱਲਣ ਵਾਲਾ ਤੇ ਉਹਨੂੰ ਸਹੀ ਦਿਸ਼ਾ ਦੇ ਦੇਣੀ ਚਾਹੀਦੀ ਆ ਜੇ ਸਹੀ ਦਿਸ਼ਾ ਹੋਊਗੀ ਵਿਰੋਧ ਕਿਵੇਂ ਵਿਕਾਸ ਕਰਦਾ ਉਹ ਇਹ ਆ ਕਿ ਜੋ ਅੱਜ ਸੁਖਪਾਲ ਖੈਰੇ ਵਰਗੇ ਗੱਲਾਂ ਕਰ ਰਹੇ ਆ ਜਾਂ ਕੋਈ ਹੋਰ ਸੁਖਬੀਰ ਬਾਦਲ ਵਰਗੇ ਗੱਲਾਂ ਕਰ ਰਹੇ ਆ ਉਹ ਗੱਲਾਂ ਉਹਨਾਂ ਦੇ ਮੂੰਹ ਚ ਪਾਣ ਗਈਆਂ ਜੇ ਕੱਲ ਨੂੰ ਉਹ ਸਰਕਾਰ ਚ ਆਉਣਗੇ ਹੂੰ ਠੀਕ ਆ ਕਿ ਨਹੀਂ ਤੇ ਇੰਨਾ ਵੀ ਬੰਦਾ ਕੋਈ ਇੰਨਾ ਵੀ ਬਿਸ਼ਰਮ ਨਹੀਂ ਹੁੰਦਾ ਕਿ ਉਹਦੇ ਹਰੇਕੀ ਗੱਲ ਮੂੰਹ ਚ ਪਾਵੇ ਤੇ ਬੰਦਾ ਹਾਂ ਸੁਣੀ ਜਾਵੇ ਕੋਈ ਵੀ ਬੰਦਾ ਹੁੰਦਾ ਤਾਂ ਬੰਦਾ ਹੀ ਆ ਹਿਊਮਨ ਸਾਈਕੀ ਆ ਕਿੰਨਾ ਚਿਰ ਕੋਈ ਤਾਨੇ ਮੇਣੇ ਜਰ ਲੂਗਾ ਜੇ ਅੱਜ ਉਹ ਤਾਨੇ ਮੇਣੇ ਦੇਣਗੇ ਤਾਂ ਕੱਲ ਨੂੰ ਉਹਨਾਂ ਨੂੰ ਉਹ ਲੈਣੇ ਪੈਣਗੇ ਜਿਹੜੀ ਦਵਾਰ ਆ ਜੇ ਅੱਜ ਸਰਕਾਰ ਦੇ ਦਾਲੇ ਖੜੀ ਕਰਨਗੇ ਕੱਲ ਨੂੰ ਸਰਕਾਰ 'ਚ ਹੋਣਗੇ ਤਾਂ ਉਹੀ ਦੁਬਾਰਾ ਉਹਨਾਂ ਦੇ ਦਾਲੇ ਵੀ ਖੜੀਆਂ ਹੋਣਗੀਆਂ ਮੇਰੇ ਹਿਸਾਬ ਨਾਲ ਬਹੁਤਾ ਸਮਾਂ ਨਹੀਂ ਦੇਣਾ ਚਾਹੀਦਾ ਮੈਨੂੰ ਤਾਂ ਐਵੇਂ ਲੱਗਦਾ ਕਿ ਜੇ ਪੰਜਾਬ ਦੀ ਬਿਹਤਰੀ ਲਈ ਆ ਤਾਂ ਗੋਲੀ ਨਿਕਲਣ ਸਾਰ ਹੀ ਨਿਸ਼ਾਨਾ ਸਹੀ ਹੋਣਾ ਚਾਹੀਦਾ ਵੇਦਾ ਗਾਣਾ ਵੀ ਇੱਥੋਂ ਹੀ ਆ ਹੀ ਚੱਲਿਆ ਸੀ ਲਾ ਦੇ ਤੀਰ ਟਿਕਾਣੇ ਹਾਂ ਸਮੇਂ ਤੋਂ ਮਿੱਥੇ ਆ ਹਾਂ ਮੈਨੂੰ ਮੈਨੂੰ ਐਵੇਂ ਲੱਗਦਾ ਨਹੀਂ ਠੀਕ ਆ ਇੰਤਜ਼ਾਰ ਦੇਖੋ ਇੰਤਜ਼ਾਰ ਕੀ ਆ ਯਾਰ ਇੰਤਜ਼ਾਰ ਕੀ ਆ ਤੁਸੀਂ ਮਕਾਨ ਪਾਉਣ ਲੱਗੇ ਜੀ ਤੁਸੀਂ ਕਿਹੜੇ ਨਕਸ਼ੇ ਤੇ ਮਕਾਨ ਪਾਉਣ ਲੱਗੇ ਇਹ ਤਾਂ ਅੱਜ ਹੀ ਤੈਅ ਆ ਨਾ ਹੂੰ ਮਕਾਨ ਬਹੁਤ ਵਧੀਆ ਬਣੂਗਾ ਜੇ ਤੁਹਾਨੂੰ ਨਕਸ਼ਾ ਨਹੀਂ ਚੰਗਾ ਤਾਂ ਮਕਾਨ ਕਿਵੇਂ ਬਹੁਤ ਵਧੀਆ ਬਣੂਗਾ ਇਸ ਗੱਲ ਲਈ ਇੰਤਜ਼ਾਰ ਕਿਉਂ ਹੂੰ ਨੀਂਹਾਂ ਦੇਖ ਕੇ ਚੰਗੀਆਂ ਬਣ ਗਈਆਂ ਉਸ ਤੋਂ ਬਾਅਦ ਇੰਤਜ਼ਾਰ ਕੀਤਾ ਜਾ ਸਕਦਾ ਹੂੰ ਉਸ ਤੋਂ ਬਾਅਦ ਇੰਤਜ਼ਾਰ ਕਰੋ ਹੂੰ ਰੱਜ ਕੇ ਇੰਤਜ਼ਾਰ ਕਰੋ ਕਿ ਭਾਈ ਮਕਾਨ ਬਹੁਤ ਚੰਗਾ ਪਾਊਗਾ ਹੂੰ ਕੋਈ ਗੱਲ ਨਹੀਂ ਜੇ ਮਿਸਤਰੀ ਘਾ ਟਿੱਟਾਂ ਲਾ ਰਿਹਾ ਅਣਜਾਣ ਆ ਕੋਈ ਗੱਲ ਨਹੀਂ ਹੌਲੀ ਹੌਲੀ ਲੈ ਜਾਊਗਾ ਲੈਂਟਰ ਤੇ ਪਰ ਪਾਊਗਾ ਤਾਂ ਚੰਗਾ ਪਰ ਘਟੂ ਘਟ ਨਕਸ਼ਾ ਤਾਂ ਚੰਗਾ ਹੋਣਾ ਚਾਹੀਦਾ ਨਾ ਗੱਲ ਇਹ ਹੈ ਮੈਂ ਨਕਸ਼ੇ ਦੀ ਗੱਲ ਕਰਦਾ ਕਿ ਫਿਲਹਾਲ ਜੇ ਕੋਈ ਰੌਲਾ ਪੈ ਰਿਹਾ ਉਹ ਨਕਸ਼ੇ ਦਾ ਰੋਲਾ ਪੈ ਰਿਹਾ ਹਜੇ ਕੰਮਾਂ ਦਾ ਰੋਲਾ ਨਹੀਂ ਪੈ ਰਿਹਾ ਚੱਲ ਦੀ ਇੰਟਰਵਿਊ ਚ ਇਹ ਤਾਂ ਨਹੀਂ ਲੱਗਣ ਲੱਗ ਗਿਆ ਵੀ ਕਿਤੇ ਰਾਜਨੀਤਿਕ ਹੋਣ ਲੱਗ ਗਿਆ ਰਾਜਨੀਤਿਕ ਹੋਣ ਲੱਗ ਗਿਆ ਆਪਾਂ ਜ਼ਿੰਦਗੀ ਤੋਂ ਰਾਜਨੀਤਿਕ ਹੋਣ ਲੱਗ ਗਏ ਮੈਨੂੰ ਲੱਗਦਾ ਕਿ ਪਰ ਜ਼ਿੰਦਗੀ ਵਾਲੇ ਪਾਸੇ ਮੁੜਨਾ ਨਹੀਂ ਪਰ ਤੁਹਾਨੂੰ ਲੱਗਦਾ ਨਹੀਂ ਮੈਂ ਇਹੀ ਸਵਾਲ ਤੇ ਲੈ ਕੇ ਆਉਣਾ ਸੀ ਤੁਸੀਂ ਆਪ ਹੀ ਗੱਲ ਕਹਿਤੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਲੋਕਾਂ ਨੂੰ ਅਸੀਂ ਚੁਣਦੇ ਆ ਜੀ ਹੇ ਉਹ ਲੋਕ ਕਿਤੇ ਨਾ ਕਿਤੇ ਇਹ ਵੀ ਦਾਵਾ ਕੀਤਾ ਜਾਂਦਾ ਨਾ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਅਸੀਂ ਚੁੰੜ ਰਹੇ ਹਾਂ ਸਰਕਾਰ ਹਰ ਇੱਕ ਹਰ ਇੱਕ ਪਾਰਟੀ ਇਹ ਦਾਵਾ ਕਰਦੀ ਆ ਸਰਕਾਰ ਬਣ ਕੇ ਵੀ ਪਹਿਲੇ ਇਲੈਕਸ਼ਨ ਦੇ ਵਿੱਚ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਅਸੀਂ ਤੁਹਾਡੇ ਭਵਿੱਖ ਵਾਲੀਆਂ ਪੀੜ੍ਹੀਆਂ ਦੇ ਲਈ ਅਸੀਂ ਜਿਹੜੀਆਂ ਚੀਜ਼ਾਂ ਜਾਂ ਪਲਾਨ ਆਊਟਸ ਕਰ ਰਹਾਂ ਉਹਨਾਂ ਦੇ ਲਈ ਇੰਪਲੀਮੈਂਟ ਹੋਣਾ ਤੇ ਉਹਨਾਂ ਦਾ ਭਵਿੱਖ ਜਿਹੜਾ ਹੈਗਾ ਉਹ ਸੁੰਦਰ ਤੇ ਸ਼ਸ਼ੀਲ ਜਾਂ ਵਧੀਆ ਚੰਗਾ ਹੋਊਗਾ ਜੀ ਹਾਂ ਤੁਹਾਨੂੰ ਲੱਗਦਾਗਾ ਵੀ ਸਰਕਾਰ ਨੂੰ ਵੀ ਮੋਟੀਵੇਸ਼ਨ ਦੀ ਲੋੜ ਪੈਂਦੀ ਆ ਇਨਸਪਾਇਰ ਇਨਸਪੀਰੇਸ਼ਨ ਦੀ ਲੋੜ ਪੈਂਦੀ ਆ ਪਰ ਉਹ ਇਨਸਪੀਰੇਸ਼ਨ ਆਪ ਦੇ ਵਿੱਚ ਛੁਪਿਆ ਹੁੰਦਾ ਕਹਿੰਦੇ ਦੀਵੇ ਦੇ ਆਪ ਦੇ ਥੱਲੇ ਹਨੇਰਾ ਹੁੰਦਾ ਉਹ ਧਿਆਨ ਨਹੀਂ ਮਾਰਦਾ ਤੇ ਦੇਖੋ ਰੋਲ ਆਪ ਕੀ ਹੈ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸ ਰਤਨ ਭਾਈ ਕੀ ਹੈ ਕਿ ਅਸੀਂ ਬਹੁਤ ਚੀਜ਼ਾਂ ਹੈ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਦੇ ਰਹੇ ਹੁੰਦੇ ਹਾਂ ਹਾਂ ਯਾਰ ਕਦੇ ਕਿਸੇ ਜਿਹੜਾ ਕੈਮਰੇ ਦੇ ਅੱਗੇ ਬੈਠਾ ਜਿਹੜਾ ਸਰਕਾਰਾਂ ਨੂੰ ਭੰਡਦਾ ਅੱਜ ਵੀ ਭੰਡਦਾ ਹਾਂ ਕਦੇ ਉਹਨੇ ਆਪ ਦੇ ਬੱਚਿਆਂ ਨੂੰ ਕਿਤੇ ਬਿਠਾ ਕੇ ਵੋਟ ਪਾਉਣੀ ਸਿਖਾਈ ਹੂੰ ਕੋਈ ਵੀ ਬੰਦਾ ਹੋਵੇ ਜਿਹੜਾ ਹੋਵੇ ਜਿਹੜਾ ਕਹਿੰਦਾ ਹੋਵੇ ਯਾਰ ਮੈਂ ਬਹੁਤ ਫਿਕਰਮੰਦ ਆ ਜਾਂ ਉਹ ਆ ਹੂੰ ਪੰਜਾਬ ਆਏ ਹੋਣਾ ਚਾਹੀਦਾ ਚੋ ਹੋਣਾ ਚਾਹੀਦਾ ਕਦੇ ਉਸ ਬੰਦੇ ਨੇ ਆਪਦੇ ਪਰਿਵਾਰ ਨੂੰ ਬਿਠਾ ਕੇ ਇਹ ਦੱਸਿਆ ਕਿ ਲੀਡਰ ਕਿਵੇਂ ਚੁਣੀਦਾ ਹੂੰ ਤੁਸੀਂ ਭੁੱਖ ਕਿਵੇਂ ਚੁਣੀਦਾ ਕਿਸ ਤਰ੍ਹਾਂ ਚੁਣੀਦਾ ਹੂੰ ਉਹ ਖੁਦ ਨਹੀਂ ਚੁਣ ਰਿਹਾ ਯਾਰ ਮੰਨ ਕੇ ਚੱਲੋ ਯਾਰ ਪਿੰਡ ਦੇ ਸਰਪੰਚ ਨੂੰ ਮਾੜੇ ਨੂੰ ਵੋਟ ਪਾ ਰਿਹਾ ਮੰਨ ਲਓ ਯਾਰ ਉਹ ਐਮਐਲਏ ਨੂੰ ਮਾੜੇ ਨੂੰ ਵੋਟ ਪਾ ਰਿਹਾ ਕਟੋਕਟੇ ਯਾਰ दारू ਪੀਣ ਵਾਲਾ ਵੀ ਚੰਗਾ ਹੁੰਦਾ ਸਾਡੇ ਵੋਟ ਪਾਉਣ ਵਾਲੇ ਨੂੰ ਉਹ दारू ਪੀ ਜਾਊਗਾ ਤੇ ਆਪਦੇ ਬੱਚਿਆਂ ਨੂੰ ਕਹੀ ਜਾਊਗਾ ਪੁੱਤੇ ਮਾੜੀ ਹੁੰਦੀ ਹੈ ਹਾਂ ਕਟੋਕਟੇ ਇਸ ਗੱਲੋਂ ਚੰਗਾ ਹੁੰਦਾ ਕਿ ਭਾਵੇਂ ਉਹ ਆਪਦੀ ਆਤਮਾ ਸਾਫ਼ ਕਰਨ ਲਈ ਕਹਿ ਰਿਹਾ ਕੋਸ ਕਹਿ ਰਿਹਾ ਪਰ ਉਹਦੇ ਮਹਿਸੂਸ ਹੁੰਦਾ ਹੁੰਦਾ ਮੇਰੇ ਜਵਾਬਕ ਨਾ ਲੱਗ ਜਾਣ ਭਾਵੇਂ ਉਹਦੇ ਜਵਾਬ ਉਹਨੂੰ ਦੇਖ ਕੇ ਲੱਗ ਹੀ ਜਾਂਦੇ ਆ ਪਰ ਉਹ ਕਹਿ ਤਰਿਆ ਹੁੰਦਾ ਨਾ हां ਸਾਡੇ ਬੰਦੇ ਲੀਡਰ ਨੂੰ ਮਾੜੇ ਨੂੰ ਵੋਟ ਪਾ ਰਹੇ ਹੁੰਦੇ ਆ ਸਾਰਾ ਕੁਝ ਕਰ ਰਹੇ ਆ ਆਪਦੇ ਘਰੇ ਜਵਾਕਾਂ ਨੂੰ ਬਾਹ ਕੇ ਨਹੀਂ ਗੱਲ ਨਹੀਂ ਕਹਿੰਦੇ ਵੀ ਜਦੋਂ ਤੁਸੀਂ ਵੋਟ ਪਾਉਣ ਜੋਗੇ ਹੋਗੇ ਤੁਸੀਂ ਲੀਡਰ ਕਿਹੋ ਜਿਹਾ ਚੁਣਨਾ ਜਿੱਦੈਂ ਇੱਕ ਘਰ ਦੇ ਵਿੱਚ ਇਹ ਸਿਸਟਮ ਸ਼ੁਰੂ ਹੋ ਗਿਆ ਨਾ ਕਿ ਕੋਈ ਐ ਕਹਿਣ ਲੱਗ ਗਿਆ ਕਿ ਆਪਾਂ ਲੀਡਰ ਚੁਣਨਾ ਕਿਹੋ ਜਿਹਾ ਆ ਪੰਜ ਖੜੇ ਆ ਇਹਨਾਂ ਆਪਣਾ ਪਮਾਨਾ ਆ ਹੈ ਤੇ ਇਸ ਵਾਰ ਆਪਣੀ ਮੋਹਰ ਪੱਕੀ ਕੋਈ ਨਹੀਂ ਕਿਸੇ ਤੇ ਲਾਉਣੀ ਆ ਜੀਚੋ ਆਪਣਾ ਪੈਰਾਮੀਟਰ ਤੁਹਾਨੂੰ ਦਿਸਦਾ ਜਾਂ ਨੇੜੇ ਤੇੜੇ ਦਿਖਦਾ ਉਹਨੂੰ ਵੋਟ ਪਾ ਦਿਓ ਹੂੰ ਠੀਕ ਆ ਨਾ ਜਿੰਨਾ ਚਿਰ ਸਾਡੇ ਘਰਾਂ ਦੇ ਵਿੱਚ ਇਸ ਚੀਜ਼ ਦੀ ਯਾਦ ਹੀ ਨਹੀਂ ਹੁੰਦੀ ਕਿ ਦੋ ਵੋਟਾਂ ਉਧਰ ਪਈਆਂ ਤਿੰਨ ਉਧਰ ਪਈਆਂ ਇੱਕ ਉਧਰ ਪਈ ਆ ਮੇਰੇ ਹਿਸਾਬ ਨਾਲ ਉਹਨਾਂ ਚਿਰ ਬਦਲਾ ਨਹੀਂ ਆ ਸਕਦਾ ਜਦੋਂ ਇੱਕ ਘਰ ਦੀਆਂ ਵੋਟਾਂ ਇੱਕ ਪਾਸੇ ਝੁਕਦੀਆਂ ਫਿਰ ਇੱਕ ਪਿੰਡ ਦੀਆਂ ਵੀ ਇੱਕ ਪਾਸੇ ਝੁਕਦੀਆਂ ਫਿਰ ਇੱਕ ਹਲਕੇ ਦੀਆਂ ਵੀ ਫਿਰ ਸਾਰਾ ਪੰਜਾਬ ਵੀ ਇੱਕ ਪਾਸੇ ਝੁਕਦਾ ਤੇ ਫਿਰ ਸਾਰਾ ਇੱਕ ਪਾਸੇ ਝੁਕਿਆ ਵਾ ਪੰਜਾਬ ਗੁੱਛਾ ਬਣਿਆ ਵਾ ਹੁੰਦਾ ਜਿਹੜਾ ਚੱਕਦਾ ਜਿੱਦਰ ਨੂੰ ਸਾਰੇ ਦਾ ਸਾਰਾ ਲੈ ਜਾਂਦਾ ਮੇਰੇ ਹਿਸਾਬ ਨਾਲ ਵੀ ਆਪਾਂ ਰਾਜਨੀਤਿਕਤਾ ਹੋ ਗਏ ਆ ਪਰ ਮੈਨੂੰ ਐ ਲੱਗਦਾ ਕਿ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਦੀ ਢੇਡਾ ਫਿਰ ਦੇ ਵੀ ਦੇਣਾ ਚਾਹੀਦਾ ਰਾਜਨੀਤੀ ਤੋਂ ਬਿਨਾ ਜ਼ਿੰਦਗੀ ਹੈ ਵੀ ਐਨੀ ਕੀ ਕਲਪਨਾ ਨਹੀਂ ਕੀਤੀ ਜਾ ਸਕਦੀ ਜਿਹੜੇ ਤੁਹਾਨੂੰ ਚਲਾਉਂਦੇ ਆ ਫਿਰ ਉਹਨਾਂ ਤੇ ਗੱਲ ਤਾਂ ਹੋਣੀ ਚਾਹੀਦੀ ਮੇਰੇ ਇੱਕ ਗੱਲ ਯਾਦ ਆ ਗਈ ਜਦੋਂ ਪਿਛਲੀ ਵਾਰ ਆਪਾਂ ਮੁਲਾਕਾਤ ਕੀਤੀ ਇੱਕ ਸੱਜਣ ਦਾ ਮੈਨੂੰ ਫੋਨ ਆਉਂਦਾਗਾ ਜੀ ਕੈਲੀਫੋਰਨੀਆ ਤੋਂ ਜੀ ਅਮਰੀਕਾ ਦੇ ਵਿੱਚ ਯੂਨਾਈਟਿਡ ਸਟੇਟ ਆਫ ਅਮਰੀਕਾ ਜੀ ਉਹ ਕਹਿੰਦੇ ਨੇ ਵੀ ਇੱਕ ਬੰਦੇ ਦੀ ਜ਼ਿੰਦਗੀ ਇੱਕ ਘੋੜਾ ਕਿਵੇਂ ਬਦਲ ਸਕਦਾ ਹੈ ਜੀ ਜੀ ਬਣੀ ਗੱਲ ਯਾਦ ਆ ਗਈ ਆਪਾਂ ਗੱਲ ਕਰ ਰਹੇ ਸੀ ਤਾਂ ਮੈਂ ਉਹਨਾਂ ਨੂੰ ਉੱਤਰ ਦਿੱਤਾ ਸੀ ਵੀ ਜਿਹਨੂੰ ਤੁਸੀਂ ਕਹਿੰਦੇ ਹੋ ਕੁਦਰਤ ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਸਾਡੀ ਤਰੱਕੀ ਮੈਂ ਕਹਾਂ ਤੁਹਾਡੇ ਸਾਹਮਣੇ ਖੜੀ ਹੁੰਦੀ ਆ ਹੱਥ ਉਹਦਾ ਬਾਹਰ ਕੱਢਿਆ ਹੁੰਦਾ ਉਹ ਕਹਿੰਦੀ ਹੁੰਦੀ ਐ ਵੀ ਆਪਦਾ ਹੱਥ ਮੈਨੂੰ ਫੜਾ ਦੇ ਮੈਨੂੰ ਖਿੱਚ ਕੇ ਲੈ ਜੂਗੀ ਜੀ ਦੁਨੀਆ ਦੀ ਉਸ ਬਲੰਦੀ ਤੇ ਜਿਹੜੀ ਤੇ ਤੂੰ ਜਾਣਾ ਚਾਹਣਾ ਤੇ ਜਿਹੜੇ ਮਾਊਂਟ ਟੈਬਰੇਟ ਦੀ ਤੂੰ ਗੱਲ ਕਰਦਾ ਜਵਾਬ ਦੇ ਦਿਓ ਸੋਹਣੇ ਸੱਜਣਾ ਗੱਲ ਹੈਗੀ ਆਏ ਹੋ ਹੂੰ ਬਈ ਹਰ ਬੰਦਾ ਹੂੰ ਕਿਸੇ ਜਗ੍ਹਾ ਤੋਂ ਰੱਬ ਭਾਲਦਾ ਹਾਂ ਉਹਨੂੰ ਲੱਗਦਾ ਕਿ ਫਲਾਣੇ ਥਾਂ ਤੇ ਰੱਬ ਹੈ ਹਾਂ ਕਿਸੇ ਨੂੰ ਗਊ ਚੋਂ ਦਿਸਦਾ ਹੂੰ ਕਿਸੇ ਨੂੰ ਕਿਸੇ ਚੀਜ਼ ਤੋਂ ਦਿਸਦਾ ਕਿਸੇ ਨੂੰ ਕਿਸੇ ਤੋਂ ਦਿਸਦਾ ਜੀ ਚਾਹੇ ਉਹਨੂੰ ਤੁਸੀਂ ਤਾਕਤ ਮੰਨ ਲਓ ਚਾਹੇ ਤੁਸੀਂ ਉਹਨੂੰ ਕੋਸ ਰੱਬ ਮੰਨ ਲਓ ਚਾਹੇ ਉਹਨੂੰ ਜੋ ਮਰਜੀ ਮੰਨ ਲਓ ਨਾਸਤਕ ਉਹਨੂੰ ਤਾਕਤ ਮੰਨ ਲੈਣਗੇ ਹੂੰ ਆਸਤਕ ਬੰਦਾ ਉਹਨੂੰ ਰੱਬ ਮੰਨ ਲੂਗਾ ਹੂੰ ਤਾਂ ਜਿਹੜਾ ਮੈਂ ਆਪ ਮੇਰੇ ਮੈਂ ਆਪ ਦੀ ਜ਼ਿੰਦਗੀ ਤੇ ਗੱਲ ਕਰਦਾ ਜੀ ਕਿ ਜੋ ਮੈਂ ਮੈਂ ਅੱਜ ਬੋਲਦਾ ਜਾਂ ਜੋ ਵੀ ਆ ਉਹ ਸਾਰਾ ਘੋੜਿਆਂ ਦਾ ਸਦਕਾ ਏ ਮੇਰੀ ਜ਼ਿੰਦਗੀ ਚ ਘੋੜਾ ਆਇਆ ਜੀ ਤੁਸੀਂ ਹਾਂ ਪਹਿਲਾਂ ਹਾਂ ਨਾ ਮੇਰੀ ਜ਼ਿੰਦਗੀ ਚ ਇੱਕ ਘੋੜੀ ਆਈ ਮੈਂ ਉਹ ਘੋੜੀ ਦੇ ਨਾਲ ਸਲਾਮ ਮਸ਼ਬਰਾ ਕਰਨਾ ਸਟਾਰਟ ਕਰਤਾ ਜਾਨਵਰਾਂ ਦਾ ਕੀ ਹੁੰਦਾ ਕਿ ਉਹਨੇ ਤੁਹਾਨੂੰ ਮਾੜੀ ਰਾਇ ਤਾਂ ਦੇਣੀ ਨਹੀਂ ਉਹਨੇ ਤੁਹਾਡੇ ਕੋਲ ਚੁਗਲੀ ਤਾਂ ਕਰਨੀ ਨਹੀਂ ਹਾਂ ਤੁਹਾਡੀ ਸਾਰੀ ਸੁਣ ਲੈਣੀ ਆ ਹਾਂ ਤੁਹਾਨੂੰ ਕਿਤੇ ਗੁੱਸਾ ਆਏ ਤਾਂ ਤੁਹਾਡਾ ਗੁੱਸਾ ਵੀ ਜਰ ਲੈਣਾ ਬਿਲਕੁਲ ਠੀਕ ਆ ਤੁਸੀਂ ਖੁਸ਼ ਹਾਂ ਤਾਂ ਉਹਨੇ ਤੁਹਾਡੇ ਨਾਲ ਮੁਹੱਬਤ ਵੀ ਕਰ ਲੈਣੀ ਆ ਤਾਂ ਉਹ ਕੀ ਆ ਕਿ ਬੰਦਾ ਭਾਲਦਾ ਵੀ ਦੁਨੀਆ ਤੇ ਇਹੀ ਚੀਜ਼ ਆ ਹਾਂ ਅਸਲ ਦੇ ਵਿੱਚ ਹਰ ਬੰਦਾ ਭਾਲਦਾ ਕੀ ਆ ਅਸੀਂ ਕੀ ਕਹਿੰਦੇ ਆ ਲੀਡਰਾਂ ਨੂੰ ਜਾਂ ਹੋਰ ਥੋੜਾ ਜਿਹਾ ਉਧਰ ਪਾਸੇ ਫੇਰ ਆ ਗਏ ਆਪਾਂ ਕਿ ਯਾਰ ਫਲਾਨੇ ਬੰਦੇ ਨੂੰ ਝਾਪ ਲੂਸੀ ਬਹੁਤ ਪਸੰਦ ਆ। ਤੇ ਜਿਹੜਾ ਸਾਹਿਤ ਪੜਦਾ ਉਹ ਕੀ ਕਰਦਾ ਕਿ ਜਿਹੜੀ ਸੋਚਦਾ ਉਹ ਬੰਦਾ ਤਾਂ ਉਸੇ ਸਾਹਿਤ ਦਾ ਹੀ ਉਸੇ ਸੋਚ ਦਾ ਹੀ ਸਾਹਿਤ ਪੜਦਾ। ਹਾਂ। ਕਿ ਉਹ ਦੂਜੀ ਉਲਟਾ ਵਾਲ ਪੜਦਾ ਹੀ ਨਹੀਂ? ਪੜਦੇ। ਉਹਨੂੰ ਐਂ ਲੱਗਦਾ ਕਿ ਇਹ ਮੇਰੀ ਸੋਚ ਨੂੰ ਠੋਕਰਦਾ ਐ, ਮੇਰੀ ਸੋਚ ਤੋਂ ਉਲਟਾ। ਉਲਟਾ। ਤਾਂ ਹਰ ਬੰਦਾ ਇੱਕ ਚੀਜ਼ ਤਾਂ ਪਸੰਦ ਕਰਦਾ ਨਾ ਕਿ ਆਹ ਜਿਹੜੀ ਚੀਜ਼ ਆ ਇਹ ਮੈਨੂੰ ਬਸ ਹਾਂ ਹੀ ਕਹਿੰਦੀ ਆ। ਤਾਂ ਮੇਰੀ ਜ਼ਿੰਦਗੀ 'ਚ ਘੋੜਾ ਆ। ਬੰਦੇ ਦੇ ਅੰਦਰ ਪਾਵਰ ਆਪਦੇ ਅੰਦਰ ਹੀ ਬਹੁਤ ਹੁੰਦੀ ਆ। ਬਸ ਉਹਨੂੰ ਹਾਂ ਪੱਖੀ ਹੰਗਾਰੇ ਦੀ ਲੋੜ ਹੁੰਦੀ ਆ ਹੂੰ ਤਾਂ ਮੇਰੀ ਜ਼ਿੰਦਗੀ ਚ ਘੋੜਾ ਆ ਤਾਂ ਮੈਨੂੰ ਐ ਲੱਗਿਆ ਕਿ ਬਸ ਮੈਂ ਜੋ ਗੱਲ ਕਹਿਣਾ ਤੇ ਇਹ ਕਹਿੰਦੀ ਆ ਕਮਾਲ ਆ ਸਕਜਿੰਦਰ ਹੂੰ ਤੂੰ ਕਮਾਲ ਆ ਹੂੰ ਬਸ ਮੈਂ ਉਹਦੇ ਨਾਲ ਗੱਲਾਂ ਕਰਦਾ ਚੱਲਿਆ ਗਿਆ ਤੇ ਉਹੀ ਗੱਲਾਂ ਮੈਂ ਲੋਕਾਂ ਨੂੰ ਦੱਸਣ ਲੱਗ ਗਿਆ ਕਿ ਭਾਈ ਮੇਰੀ ਤੇ ਇਹਦੀ ਆ ਗੱਲ ਹੁੰਦੀ ਆ ਬਸ ਲੋਕਾਂ ਨੂੰ ਪਸੰਦ ਆਈ ਗਈਆਂ ਤੇ ਮੇਰਾ ਟਾਂਜਾ ਚੱਲ ਪਿਆ ਹੂੰ ਠੀਕ ਹੈ ਕਿ ਨਹੀਂ ਗੱਲ ਬਸ ਗੱਲ ਪੋਜੀਟਿਵ એનર્ਜੀ ਦੀ ਆ ਜਿਹੜੀ ਜਿਹੜੀ ਕਿਸੇ ਦੀ ਜ਼ਿੰਦਗੀ ਬਦਲਦੀ ਆ ਯਾਰ ਬਦਲਦਾ ਕੀ ਆ ਯਾਰ ਅਸਲ ਚ ਕਹਾਣੀ ਕੀ ਆ ਕਿ ਜਦੋਂ ਬੰਦਾ ਕੋਈ ਮਰਨ ਵੀ ਜਾਂਦਾ ਨਾ ਤਾਂ ਉਹ 100% 네ਗਟਿਵ ਹੋ ਕੇ ਮਰਦਾ ਉਹਨੂੰ ਐਂ ਲੱਗਦਾ ਕਿ ਜ਼ਿੰਦਗੀ ਖਤਮ ਆ ਯਾਰ ਮਰ ਜਾਣਾ ਚਾਹੀਦਾ ਇਸ ਤੋਂ ਬਿਹਤਰ ਆ ਇਹਦੋਂ ਸੌਖੇ ਹੋ ਜਾਣਗੇ ਜੇ ਉਹਦੇ ਤੁਰੇ ਜਾਂਦੇ ਤੇ ਦਿਮਾਗ ਦੇ ਵਿੱਚ ਇੱਕ ਵੀ ਪੋਜੀਟਿਵ ਖਿਆਲ ਆ ਜਾਂਦਾ ਤਾਂ 99 네ਗਟਿਵ ਨੂੰ ਮਾਰ ਲੈਂਦਾ ਪੋਜੀਟਿਵ ਚੀਜ਼ ਇਹੋ ਜੀ ਹੁੰਦੀ ਆ ਤੇ ਮੈਨੂੰ ਐਂ ਲੱਗਦਾ ਕਿ ਪਾਲਤੂ ਜਾਨਵਰ ਤੁਹਾਨੂੰ ਬਹੁਤ ਪੋਜੀਟਿਵ ਕਰਦੇ ਆ ਪਾਲਤੂ ਜਾਨਵਰ ਜਦੋਂ ਬੰਦੇ ਨੂੰ ਐਂ ਲੱਗਦਾ ਕਿ ਯਾਰ ਮੈਂ ਬਹੁਤ ਗੁਲਾਮ ਆ ਮੈਂ ਬਹੁਤ ਜਕੜਿਆ ਵਾਂ ਤਾਂ ਉਹ ਆਪਦੇ ਘਰੇ ਬੰਨੇ ਵੇ ਕੋਹੜੇ ਨੂੰ ਜਾ ਕੇ ਦੇਖਦਾ ਤੇ ਉਹ ਖੁਰਨੀ ਤੇ ਖੜਾ ਟੱਪੀ ਜਾਂਦਾ ਉਹਦਾ ਬੰਦਾ ਕਹਿੰਦਾ ਯਾਰ ਇਹ ਐਡੇ ਰਸੇ ਨਾ ਬੰਨੇ ਹੀ ਖੋਸ਼ ਆ ਹੂੰ ਯਾਰ ਤੂੰ ਤਾਂ ਫੇਰ ਦੁਨੀਆ 'ਚ ਖੁੱਲਾ ਤਰਿਆ ਫਿਰਦਾ ਹਾਂ ਹੈ ਤੈਨੂੰ ਐਂ ਲੱਗਦਾ ਕਿ ਯਾਰ ਮੇਰੇ ਕੋਲੇ ਯਾਰ ਫਲਾਨੀ ਸਹੂਲਤ ਹੈ ਨਹੀਂਗੀ ਠੀਕ ਆ ਤੇ ਮੈਂ ਬਹੁਤ ਦੁਖੀ ਆ ਯਾਰ ਫਲਾਨਿਆਂ ਦਾ ਮੁੰਡਾ ਤਾਂ ਆ ਲੈ ਆ ਤੇ ਜਦੋਂ ਤੂੰ ਘਰੇ ਜਾ ਕੇ ਐਡੇ ਰਸੇ ਨਾ ਬੰਨੇ ਘੋੜੇ ਨੂੰ ਧੁੱਪੇ ਸ਼ਾਮੇ ਖੜੇ ਨੂੰ ਟੱਪੀ ਜਾਂਦਾ ਦੇਖਦਾ ਤੇ ਤੈਨੂੰ ਫਿਰ ਲੱਗਦਾ ਕਿ ਯਾਰ ਇਹ ਐਨੇ ਚ ਹੀ ਬਹੁਤ ਖੁਸ਼ ਆ ਇਹਦੇ ਕੋਲੇ ਕਿਹੜੀ ਸਹੂਲਤ ਆ ਯਾਰ ਖੁਸ਼ ਹੋਣ ਵਾਸਤੇ ਜ਼ਿੰਦਗੀ ਦੀ ਸਹੂਲਤ ਦੀ ਲੋੜ ਨਹੀਂ ਪੈਂਦੀ ਖੁਸ਼ ਹੋਣ ਵਾਸਤੇ ਤਾਂ ਬੰਦੇ ਦੇ ਅੰਦਰ ਚੀ ਚਾਹੀਦੀ ਆ ਗੁਰਦਾਸ ਮਾਨ ਨੇ ਦੋ ਲਾਈਨਾਂ ਲਿਖੀਆਂ ਸ਼ਰਾਬ ਵਾਲੇ ਉਹ ਕਹਿੰਦਾ ਕਹਿੰਦਾ ਅੰਦਰ ਕੀ ਮਸਤੀ ਹੁੰਦੀ ਹੈ ਜੋ ਮਚਾ ਦਿੰਦੀ ਹੈ ਹਲਚਲ ਹਮ ਅਗਰ ਨਸ਼ਾ ਸ਼ਰਾਬ ਮੇ ਹੁੰਦਾ ਤਾਂ ਖੁਦ ਨਾਚਦੀ ਹੁੰਦੀ ਹਮ ਠੀਕ ਹੈ ਨਾ ਅਸਲ ਦੇ ਵਿੱਚ ਬੰਦੇ ਦੇ ਅੰਦਰ ਮਸਤੀ ਹੁੰਦੀ ਆ ਮੈਨੂੰ ਐਵੇਂ ਲੱਗਦਾ ਕਿ ਕਿਸੇ ਸਹੂਲਤਾ ਨਾਲ ਨਹੀਂ ਆਉਂਦੀ ਜੇ ਕਿਸੇ ਸਹੂਲਤਾ ਨਾਲ ਆਉਂਦੀ ਹੁੰਦੀ ਨਾ ਜੇ ਕਿਤੇ ਜ਼ਿੰਦਗੀ ਜਿਉਣ ਲਈ ਬਹੁਤ ਵੱਡੀਆਂ ਸਹੂਲਤਾਂ ਦੀ ਲੋੜ ਹੁੰਦੀ ਤਾਂ ਸ਼ਾਹਰੂਖ ਖਾਨ ਦੇ ਮੁੰਡੇ ਨੂੰ ਪੁੱਠੇ ਕੰਮ ਕਰਨੇ ਨਾ ਪੈਂਦੇ ਹਮ ਜ਼ਿੰਦਗੀ ਜਿਉਣ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦਾ ਆਉਣਾ ਲਾਜ਼ਮੀ ਆ ਆਪਾਂ ਇੱਕ ਮੁੱਢ 'ਚ ਗੱਲ ਸ਼ੁਰੂ ਕੀਤੀ ਸੀ ਰਤਨ ਹੂੰ ਕਿ ਜ਼ਿੰਦਗੀ ਦੀ ਬਿਲਨ ਸਾਈਡ ਜਿੰਨੀ ਤਕੜੀ ਹੋਊਗੀ ਓਨੀ ਜ਼ਿੰਦਗੀ ਜਿਉਣ ਦਾ ਸਵਾਦ ਬਹੁਤ ਵਧੀਆ ਆਊਗਾ ਜੀ ਮੈਂ ਉਸ ਗੱਲ ਤੇ ਫੇਰ ਆਉਣਾ ਕਿ ਸ਼ਾਹਰੂਖ ਖਾਨ ਦੇ ਮੁੰਡੇ ਨੂੰ ਪੈਸੇ ਦੀ ਸਹੂਲਤਾਂ ਦੀ ਕਿਹੜੀ ਚੀਜ਼ ਦੀ ਕਮੀ ਸੀ ਹੂੰ ਮੁੱਢੋਂ ਚੰਗੀਆਂ 'ਚ ਜੰਮਿਆ ਚੰਗੀਆਂ ਮਿਲੀਆਂ ਚੰਗਾ ਹੀ ਸਾਰਾ ਕੁਝ ਹੋ ਗਿਆ ਤਕੜੇ ਬੰਦਿਆਂ ਨਾਲ ਰਹਿੰਦਾ ਨਿੱਤ ਦੀ ਤਰੱਕੀ ਆ ਰਹੀ ਆ ਤਾਂ ਉਹ ਲੋਕ ਕਾਹ ਤੋਂ مصیبت مول ਲੈਂਦੇ ਆ ਹਾਂ ਇੱਕ ਕੁਐਸਚਨ ਆ ਉਹ ਲੋਕਾਂ ਦੇ ਅੱਗੇ ਜਿਹੜੇ ਕਹਿੰਦੇ ਸਾਡੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਕਿਉਂ ਆ ਹੂੰ ਸ਼ਾਹਰੂਖ ਖਾਨ ਦੇ ਮੁੰਡੇ ਨੂੰ ਮੁਸੀਬਤ ਮੁੱਲ ਲੈਣ ਦੀ ਕਿਉਂ ਲੋੜ ਪਈ ਹੂੰ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਤੋਂ ਬਿਨਾ ਮਜ਼ਾ ਹੀ ਖਤਮ ਹੋ ਗਿਆ ਸੀ ਹਾਂ ਤਾਂ ਉਹਨਾਂ ਨੂੰ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਨੂੰ ਮੁਸੀਬਤਾਂ ਕਿਹੜੇ ਮੁੱਲ ਮੁੱਲ ਲੈਣੀਆਂ ਪੈਂਦੀਆਂ ਹੂੰ ਸਾਡਾ ਅਸੀਂ ਕਹਿੰਨੇ ਆ ਕਿ ਤੱਕੜੇ ਲੀਡਰ ਦਾ ਮੁੰਡਾ ਫਲਾਣੇ ਨਾਲ ਲੜ ਪਿਆ ਤੱਕੜੇ ਲੀਡਰ ਦਾ ਮੁੰਡਾ ਗੱਡੀ ਫੋਲੋ ਟੱਕਰੀ ਜਾਂਦਾ ਫਲਾਣਾਂ ਨਾਲ ਉਹਨਾਂ ਨੂੰ ਮੁਸੀਬਤਾਂ ਮੁੱਲ ਲੈਣੀਆਂ ਪੈਂਦੀਆਂ ਤੇ ਕਈ ਵਾਰ ਉਹਨਾਂ ਨੂੰ ਬਹੁਤ ਮਹਿੰਗੀਆਂ ਪੈ ਜਾਂਦੀਆਂ ਜ਼ਿੰਦਗੀ ਜਿਉਣ ਲਈ ਹੂੰ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਤੁਸੀਂ ਕਦੇ ਇਸ ਚੀਜ਼ ਦੀ ਰੇਸ਼ੋ ਕੱਢਿਓ ਜੀ ਜਿੰਨੇ ਪਰਸੈਂਟ ਰੇਸ਼ੋ ਜ਼ਿੰਦਗੀ ਤੋਂ ਤੰਗ ਲੋਕਾਂ ਦੀ ਮਰਨ ਦੀ ਆ ਹੂੰ ਓਨੇ ਪਰਸੈਂਟ ਹੀ ਜ਼ਿੰਦਗੀ ਤੋਂ ਬਹੁਤ ਖੁਸ਼ ਲੋਕਾਂ ਦੀ ਵੀ ਆ ਹੂੰ ਕਿਉਂਕਿ ਜਦੋਂ ਜ਼ਿੰਦਗੀ 'ਚ ਇੱਕ ਸਾਰਤਾ ਆ ਜਾਂਦੀ ਹੈ ਨਾ ਤੁਸੀਂ ਗੱਡੀ ਚਲਾਉਨੇ ਆ ਤੇ ਤੁਹਾਡੇ ਰੋਡ ਤੇ ਕੋਈ ਨਹੀਂ ਆ ਰਿਹਾ ਤੇ ਕੋਈ ਨਹੀਂ ਆ ਰਿਹਾ ਮੋੜ ਤਾਂ ਤੁਸੀਂ ਮੈਂਟ ਚ ਹੀ ਨੀਂਦ ਆਉਣ ਲੱਗ ਜੂਗੀ ਤੇ ਤੁਹਾਡਾ ਸਫ਼ਰ ਬਹੁਤ ਬੋਰ ਹੋ ਜਾਊਗਾ ਹਾਂ ਤੁਹਾਡੇ ਸਫ਼ਰ ਦੇ ਵਿੱਚ ਬਹੁਤ ਆ ਰਿਹਾ ਕਿਤੇ ਤੁਹਾਨੂੰ ਗੱਡੀ ਅੱਗੇ ਕੱਢਣੀ ਪੈ ਰਹੀ ਹੈ ਤੇ ਕਿਸੇ ਨੂੰ ਰਸਤਾ ਦੇਣਾ ਪੈ ਰਿਹਾ ਤੇ ਕੋਈ ਮੋੜ ਆ ਰਿਹਾ ਤੇ ਕਿਤੇ ਗੇਅਰ ਚੇਂਜ ਕਰ ਰਹੇ ਆ ਤੇ ਕਿਤੇ ਕੋਸ਼ ਕਰ ਰਹੇ ਆ ਤਾਂ ਤੁਹਾਡਾ ਸਫ਼ਰ ਦੇ ਵਿੱਚ ਦਿਲਚਸਪੀ ਬਣੀ ਰਹਿੰਦੀ ਆ ਉਹ ਆ ਗਿਆ ਉਹ ਆ ਗਿਆ ਉਹ ਦੇਖ ਲਿਆ ਆਏ ਹੋ ਗਿਆ ਉਦੋਂ ਤੁਹਾਡੇ ਸਫ਼ਰ ਦੇ ਵਿੱਚ ਇੰਟਰਸਟ ਆ ਤੇ ਜ਼ਿੰਦਗੀ ਵੀ ਇੱਕ ਸਫ਼ਰ ਹੈ ਤਾਂ ਆਪਾਂ ਆਮ ਹੀ ਗੱਲ ਕਹਿ ਦਿੰਨੇ ਆ ਤੇ ਜੇ ਉਹ ਸਿੱਧਾ ਹੀ ਰੋਡ ਆ ਤੇ ਉਹਦੇ ਵਿੱਚ ਕੋਈ ਟ੍ਰੈਫਿਕ ਹੀ ਨਹੀਂ ਆ ਰਿਹਾ ਕੋਈ ਮੁਸ਼ਕਲ ਹੀ ਨਹੀਂ ਆ ਰਹੀ ਤਾਂ ਤੁਹਾਨੂੰ ਜ਼ਿੰਦਗੀ ਜਿਉਣ ਦਾ ਆਨੰਦ ਹੀ ਨਹੀਂ ਆਉਣਾ ਤੁਸੀਂ ਯਾਦ ਰੱਖਿਓ ਕਿ ਤੁਸੀਂ ਕਿੰਨਾ ਸਫ਼ਰ ਲੱਖਾਂ ਕਿਲੋਮੀਟਰ ਸਫ਼ਰ ਕਰਤ ਆਊਗਾ ਤੇ ਤੁਹਾਨੂੰ ਯਾਦ ਪਤਾ ਕਿਹੜੀਆਂ ਗੱਲਾਂ ਹੋਣਗੀਆਂ ਤੁਸੀਂ ਆਪਦੇ ਕੈਮਰਾਮੈਨ ਨਾਲ ਗੱਲ ਕਰਾਂ ਤੁਹਾਨੂੰ ਚੇਤਾ ਹੋਏ ਆਪਾਂ ਕਿਹੜਾਂ ਫਾਟਕਾਂ ਤੇ ਖੜੇ ਤੇ ਉਧਰੋਂ ਮੂਹਰੋਂ ਭਰਾਵਾ ਟਰੱਕ ਫਸ ਗਿਆ ਤੇ ਇੱਧਰੋਂ ਆਹ ਹੋ ਗਿਆ ਤੇ ਉਦੋਂ ਆਪਾਂ ਕਿੰਨਾ ਪਰੇਸ਼ਾਨ ਹੋਏ ਸੀ ਤੇ ਮੈਮਰੀ ਕਿਹੜੀ ਯਾਦ ਰਹੀ ਮੁਸ਼ਕਲ ਵਾਲੀ ਤੇ ਦੂਜੀ ਸਾਰੀ ਸਾਫ਼ ਹੀ ਹੋ ਗਈ ਜਿਹੜੀ ਸੌਖੇ ਲੰਘੇ ਸੀ ਜਿਹੜਾ ਸਫ਼ਰ ਪੂਰਾ ਸਾਫ਼ ਸੌਖਾ ਲੰਘੇ ਨਾ 100 ਕਿਲੋਮੀਟਰ ਉਹ ਸਾਫ਼ ਹੀ ਹੋ ਗਿਆ ਉਹ ਜ਼ਿੰਦਗੀ 'ਚ ਹੀ ਨਹੀਂ ਜੁੜਿਆ ਕਿਉਂਕਿ ਉਹ ਜਿਵੇਂ ਹੀ ਨਹੀਂ ਜਿਵੇਂ ਕਿ ਜਿਹੜਾ ਮੁਸ਼ਕਲ ਆਈ ਜੀ ਜਾਂ ਉਹ ਜਿਵੇਂ ਜਿੱਥੇ ਬਹੁਤ ਆਨੰਦ ਆਇਆ ਤੇ ਜਿਹੜਾ ਸਧਾਰਨ ਹੀ ਸਿੰਪਲ ਹੀ ਆ ਉਹ ਤਾਂ ਜਿਵੇਂ ਹੀ ਨਹੀਂ ਤਾਂ ਹੀ ਉਹ ਸਾਫ਼ ਹੋ ਗਿਆ ਜ਼ਿੰਦਗੀ 'ਚ ਮੈਨੂੰ ਐਵੇਂ ਲੱਗਦਾ ਕਿ ਮੁਸੀਬਤਾਂ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਆਨੰਦ ਦਿੰਦੀਆਂ ਹੂੰ ਜਦੋਂ ਬਹੁਤ ਜ਼ਿਆਦਾ ਬੰਦੇ ਦੀ ਜ਼ਿੰਦਗੀ 'ਚ ਮੁਸੀਬਤਾਂ ਹੁੰਦੀਆਂ ਉਹਨੂੰ ਇਹ ਸੋਚ ਲੈਣਾ ਚਾਹੀਦਾ ਕਿ ਮੇਰੀ ਜ਼ਿੰਦਗੀ ਹੈ ਜਿਹੜੀ ਬਹੁਤ ਇੰਟਰਸਟਿੰਗ ਆ ਹੂੰ ਮੈਂ ਇਹਦਾ ਬਹੁਤ ਹੈਪੀ ਦੀ ਐਂਡ ਕਰਨਾ ਇਹਨਾਂ ਨੂੰ ਹਰਾ ਕੇ ਤਾਂ ਫੇਰ ਕਿਤੇ ਜਾ ਕੇ ਬੰਦਾ ਹੀਰੋ ਬਣ ਕੇ ਨਿਕਲਦਾ ਹੁਣ ਉਦਾਹਰਨ ਦੇ ਤੌਰ ਤੇ ਤੁਸੀਂ ਇੱਕ ਗੱਲ ਹੋਰ ਦੇਖ ਲਓ ਜੀ ਦੋ ਟੀਮਾਂ ਦਾ ਮੈਚ ਚੱਲਦਾ ਹੂੰ ਇੱਕ ਟੀਮ ਤੁਹਾਡੀ ਬੜੀ ਫੇਵਰੇਟ ਆ ਹੂੰ ਤੇ ਦੂਜੀ ਨੂੰ ਤੁਸੀਂ ਪੂਰੀ ਦੋਸ਼ ਹੁਣ ਮੰਨਦੇ ਆ ਹੂੰ ਬੜੇ ਦਿਨਾਂ ਬਾਅਦ ਮੈਚ ਹੋਇਆ ਹੂੰ ਤੇ ਜਿਹੜੀ ਤੁਹਾਡੀ ਫੇਵਰੇਟ ਟੀਮ ਹੂੰ ਉਹਨੇ ਜੀ ਪਹਿਲੇ 5 ਪੰਜਾਂ ਓਵਰਾਂ ਚ ਸਾਰੇ ਆਊਟ ਕਰਦੇ ਹੂੰ ਤੁਹਾਡੀ ਵਿਰੋਧੀ ਟੀਮ ਵਾਲੇ ਹੂੰ ਕੀ ਤੁਸੀਂ ਆਪਦੇ ਵਾਲੀ ਦੀ ਬੈਟਿੰਗ ਸਾਈਡ ਦੇਖੋਗੇ ਹੂੰ ਰਾਣੀ ਪੰਜਾਬ ਬਣਾਉਣ ਵਾਲਿਆ ਹੂੰ ਤੁਹਾਡੀ ਫੇਵਰੇਟ ਟੀਮ ਹੋਣ ਦੇ ਬਾਵਜੂਦ ਹੂੰ ਤੁਹਾਡੇ ਵਿਰੋਧ ਵਿੱਚ ਸਭ ਤੋਂ ਵਿਰੋਧੀ ਟੀਮ ਦੇ ਹੋਣ ਦੇ ਬਾਵਜੂਦ ਤੁਸੀਂ ਮੈਚ ਨੂੰ ਵਿਚਾਲੇ ਛੱਡਤਾ ਹੂੰ ਕਿਉਂ ਛੱਡਤਾ ਕਿਉਂਕਿ ਉਹਦਾ ਬਨ ਸਾਈਡਡ ਹੋ ਗਿਆ ਬਨ ਸਾਈਡਡ ਹੋ ਗਿਆ ਬਨ ਸਾਈਡਡ ਹੋ ਗਿਆ ਤੁਹਾਨੂੰ ਉਹਦੇ ਭਵਿੱਖ ਦਾ ਪਤਾ ਲੱਗ ਗਿਆ ਕਿ ਕੀ ਹੋਣ ਵਾਲਾ ਹੂੰ ਇਸ ਕਰਕੇ ਤੁਸੀਂ ਛੱਡ ਕੇ ਚਲੇ ਗਏ ਹੋਰ ਕੰਮ ਕਰਨ ਲੱਗੇ ਹੂੰ ਇਹੀ ਗੱਲ ਜ਼ਿੰਦਗੀ ਦੀ ਹੈ ਹੂੰ ਜਿਹੜੇ ਬੰਦੇ ਜ਼ਿੰਦਗੀ ਨੂੰ ਜਿਉਣ ਵਾਸਤੇ ਕਿਸੇ ਜੋਤਸ਼ੀ ਕੋਲੇ ਚਲੇ ਜਾਂਦੇ ਆ ਹੂੰ ਕਿ ਮੈਨੂੰ ਦੱਸ ਮੇਰੇ ਭਵਿੱਖ ਚ ਕੀ ਹੋਣ ਵਾਲਾ ਹਾਂ ਹਾਂ ਤਾਂ ਹੁਣ ਜ਼ਿੰਦਗੀ ਹੈਗੀ ਐ ਇੱਕ ਫਿਲਮ ਹੂੰ ਤੂੰ ਤੇ ਮੈਂ ਬੈਠੇ ਦੇਖੀ ਜਾਂਦੇ ਆਂ ਫਿਲਮ ਫਿਲਮਾਂ ਬਾਲੀ ਘੈਂਟ ਹੂੰ ਬਾਲੀ ਸਸਪੈਂਸ ਵਾਲੀ ਐ ਹੂੰ ਸਸਪੈਂਸ ਬਣਦਾ ਹੀ ਆ ਤੇ ਮੈਂ ਰਤਾ ਤੈਨੂੰ ਕਹਿਣਾ ਹੁਣ ਆਏ ਹੋ ਹੂੰ ਤੀਜੀ ਵਾਰ ਤੂੰ ਮੈਨੂੰ ਕਹਿਣ ਨਹੀਂ ਦੇਣਾ ਉਹਨੇ ਕਿਹਾ ਜਾਂ ਬਾਈ ਤੂੰ ਉੱਠ ਜਾ ਇੱਥੋਂ ਤੇ ਜਾਂ ਮੈਂ ਉੱਠਦਾ ਹੂੰ ਮੈਂ ਕਹੂੰਗਾ ਕਿਉਂ ਤੂੰ ਕਹਿਣਾ ਯਾਰ ਮੇਰਾ ਤਾਂ ਸਸਪੈਂਸ ਹੀ ਖਰਾਬ ਕਰਦਾ ਤੂੰ ਹੂੰ ਇਹੀ ਕਹੋਗੇ ਨਾ ਤੁਸੀਂ ਮੈਨੂੰ ਤੁਸੀਂ ਕਹੋਗੇ ਉੱਠ ਯਾਰ ਹੂੰ ਇਹ ਤਾਂ ਤੂੰ ਚਲੇ ਜਾ ਮੈਚ ਹੋ ਰਿਹਾ ਬਾਲਾ ਘੈਂਟ ਅੜਿਆ ਪਿਆ ਮੈਂ ਕਹਾਂ ਕਿ ਇਹ ਤਾਂ ਫੈਕਸ ਆ ਹੁਣ ਆਹ ਬਾਲ ਤੇ ਛਿੱਕਾ ਲੱਗੂ ਉਸੇ ਤੇ ਲੱਗ ਜੇ ਤੇ ਤੂੰ ਕਵੇਂਗਾ ਉੱਠ ਯਾਰ ਭਾਵੇਂ ਫੈਕਸ ਹੀ ਆ ਪਰ ਮੈਨੂੰ ਦੇਖਣ ਦੀ ਤੂੰ ਮੇਰਾ ਸਵਾਦ ਨਾ ਖਰਾਬ ਕਰ ਹੁਣ ਜਿਹੜਾ ਬੰਦਾ ਜੋਤਸੀ ਕੋਲੇ ਜਾਂਦਾ ਤੇ ਜੋਤਸੀ ਦੱਸਦਾ ਤੇਰੀ ਜ਼ਿੰਦਗੀ ਦੇ ਵਿੱਚ ਐ ਹੋਣ ਵਾਲਾ ਮੈਂ ਕਹਿੰਦਾ ਯਾਰ ਉਹ ਸਹੀ ਹੀ ਦੱਸਦਾ ਤੁਹਾਡੀ ਜ਼ਿੰਦਗੀ ਦੀ ਤਾਂ ਫਿਲਮ ਦਾ ਹੀ ਸਵਾਦ ਖਰਾਬ ਕਰੀ ਜਾਂਦਾ ਉਹ ਫਿਰ ਇਹਦੇ ਹਿਸਾਬ ਨਾਲ ਲੀਡਰਾਂ ਦੀ ਫਿਲਮ ਖਰਾਬ ਹੁੰਦੀ ਆ ਹਾਂ ਹੁੰਦੀ ਹੈ ਬਾਈ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਆ ਜਾਂਦਾ ਵੀ ਤੁਹਾਡੀ ਕੁੰਡਲੀ ਚ ਰਾਜ ਜੋਗ ਆ ਜਾਂ ਫਲਾਨਾ ਜੋਗ ਉਹ ਉਹ ਜ਼ਿੰਦਗੀ ਦੀ ਫਿਲਮ ਦਾ ਸੁਆਦ ਖਰਾਬ ਕਰਦੇ ਹਾਂ ਹੁਣ ਮੰਨ ਕੇ ਚੱਲੋ ਯਾਰ ਕਿਸੇ ਨੇ ਇਹ ਦੱਸਤਾ ਹੋਵੇ ਕਿ ਵੋਟਾਂ ਚ ਤਾਂ ਫਲਾਨਾ ਜਿੱਤਣ ਵਾਲਾ ਤੇ ਉਹ ਜਿੱਤਣ ਵਾਲੇ ਨੂੰ ਸੁਆਦ ਆਇਆ ਹੋਗਾ ਹੂੰ ਹੂੰ ਜਿੱਤਣ ਵਾਲੇ ਨੂੰ ਵੋਟਾਂ ਦੇ ਨਤੀਜੇ ਤੱਕ ਸੁਆਦ ਆਇਆ ਹੋਗਾ ਨਤੀਜੇ ਦਾ ਤਾਂ ਸੁਆਦ ਹੀ ਖਰਾਬ ਹੋ ਗਿਆ ਹੋਗਾ ਹੂੰ ਉਹ ਤਾਂ ਕਹੂਗਾ ਐ ਹੋਣ ਵਾਲਾ ਹੀ ਆ ਤੇ ਹੁਣ ਐ ਦੱਸੋ ਜਿਹੜੇ ਜੋਸ਼ੀ ਐਂ ਦੱਸਦੇ ਆ ਵੀ ਇਹ ਫਲਾਨੀ ਚੀਜ਼ ਕਰ ਲੈ ਹਾਂ ਜਾਂ ਫਲਾਨੀ ਬੱਕਰੀ ਚਾਉਣਾ ਚੋੜਾ ਹੈ ਹਾਂ ਉਹ ਕਿਵੇਂ ਉਹ ਜੋਸ਼ੀ ਨਜ਼ਾਰਾ ਲੈਂਦਾ ਹੈ ਕਿ ਕੀ ਗੱਲ ਹੁੰਦੀ ਹੈ ਮੈਂ ਕਹਿੰਨਾ ਯਾਰ ਤੁਸੀਂ ਦੇਖੋ ਇੱਕ ਗੱਲ ਆ ਸਿੱਧੀ ਜੀ ਗੱਲ ਆ ਮੈਂ ਕਹਿੰਨਾ ਵੀ ਜੇ ਗੱਲ ਆ ਹਾਈ ਆ ਹਾਂ ਤਾਂ ਇੱਕ ਬੰਦਾ ਮੇਰਾ ਸੱਜਣਾ ਬਹੁਤ ਪਿਆਰਾ ਉਹ ਮੈਨੂੰ ਕਹਿੰਦਾ ਵੀ ਜ਼ਿੰਦਗੀ ਦੇ 2022 ਤੱਕ ਮੈਨੂੰ ਦੱਸਿਆ ਤੇਰੇ ਕੋਲ ਮਸੀਤਾਂ ਉਦੋਂ ਬਾਅਦ ਰਾਹ ਬੜਾ ਪੱਧਰਾ ਹੂੰ ਮੈਂ ਕਿਹਾ ਕੀੜੇ ਪੜਗੋਏ ਨੇ ਦੱਸਿਆ ਕਹਿੰਦਾ ਫਲਾਣੇ ਨੇ ਹੂੰ ਅਸੀਂ ਬੈਠੇ ਹਾਟਲ ਤੇ ਮੈਂ ਕਿਹਾ ਵੀ ਉਹਨੂੰ ਐਂ ਫੋਨ ਕਰ ਵੀ ਅਸੀਂ ਫਲਾਣੇ ਹੋਟਲ ਤੇ ਬੈਠੇ ਆ ਫਲਾਣਾ ਇਹਦਾ ਨਾਮ ਫਲਾਣਾ ਇਹਦਾ ਮਾਲਕਾ ਹੂੰ ਇੰਨੀਆਂ ਕੁਰਸੀਆਂ ਲੱਗੀਆਂ ਇੰਨੇ ਬੰਦੇ ਬੈਠੇ ਆ ਉੱਥੇ ਫਲਾਨੀ ਦੀ ਰਾਸ਼ੀ ਆ ਇਹਦੇ ਹੋਟਲ ਦੇ ਗੱਲੇ 'ਚ ਰੁਪਈਏ ਕਿੰਨੇ ਆ ਜੇ ਤਾਂ ਉਹਨੇ ਪੜ ਗਏ ਨੇ ਇਹ ਦੱਸਦਾ ਵੀ ਇਹਦੇ ਹੋਟਲ ਦੇ ਗੱਲੇ 'ਚ ਇੰਨੇ ਰੁਪਈਏ ਆ ਹਾਂ ਫਿਰ ਤਾਂ ਇਹ ਸਹੀ ਆ ਹੂੰ ਨਹੀਂ ਇਹ ਗਲਤ ਆ ਹੂੰ ਜਿਹੜਾ ਬੰਦਾ ਤੇਰੇ ਹੋਟਲ ਦੇ ਗੱਲੇ ਦੇ ਵਿੱਚ ਇਹ ਨਾ ਦੱਸ ਸਕਿਆ ਕਿ ਰੁਪਈਏ ਕਿੰਨੇ ਆ ਤਾਂ ਹਾਂ ਰੱਬ ਕੋਲੇ ਅਰਬਾਂ ਦੀ ਆਬਾਦੀ ਦਾ ਹਿਸਾਬ ਪਿਆ ਹੂੰ ਉਹਦੀਆਂ ਅਰਬਾਂ ਦੀ ਆਬਾਦੀ ਦੀਆਂ ਫੈਲਾਂ ਪਾਈਆਂ ਤਾਂ ਹਾਂ ਹਮ ਇੱਕ ਬੰਦੇ ਦੀ ਜ਼ਿੰਦਗੀ ਦੇ ਪਤਾ ਨਹੀਂ 5000 ਦੇਣਾ ਤੇ ਪਤਾ ਨਹੀਂ 6000 ਤੇ ਪਤਾ ਨਹੀਂ 20000 ਦੇਣਾ ਹਮ ਤੇ 20000 ਦੇਣ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ 36 ਤਰ੍ਹਾਂ ਦੇ ਕੰਮ ਕਰਦਾ ਤੇ ਸਾਰਾ ਪੰਨੇ ਦੇ ਪੰਨੇ ਪਏ ਆ ਪਰੇ ਹਮ ਤੇ ਉਹਨੇ ਉਥੇ ਅਰਬਾਂ ਦੀ ਆਬਾਦੀ ਚੋਂ ਤੇਰੀ ਫੈਲ ਚੱਕੀ ਪਹਿਲਾਂ ਤਾਂ ਜਾ ਕੇ ਹਾਂ ਫੇਰ ਉਹ ਫਾਈਲ ਦੇ ਵਿੱਚੋਂ ਤੇਰੇ ਦੇਣ ਕੱਢੇ ਹਾਂ ਫਿਰ ਤੈਨੂੰ ਦਿੱਤਾ ਸਾਹਬ ਜੀ ਤੇ ਗੱਲੇ ਦਾ ਉਹ ਤੋਂ ਰੁਪਏ ਦੇਖੀ ਨਹੀਂ ਗਏ ਹੂੰ ਅਕਸਰ ਜੇ ਰੱਬ ਦੇ ਕੋਲੇ ਸਾਹਬ ਆ ਤੇ ਤਾਂ ਹਾਂ ਹੀ ਪਿਆ ਹਾਂ ਜਿਹੜਾ ਉਹਨੇ ਤੇਰੇ ਵਾਸਤੇ ਲਿਖ ਕੇ ਭੇਜਿਆ ਹੂੰ ਤੇ ਫਿਰ ਉਹਦੋਂ ਸਖਾਲਾ ਤਾਂ ਮੈਂ ਪਹਿਲਾਂ ਕਹੀ ਜਾਂਦਾ ਕਿ ਰੱਬ ਤੁਹਾਡੀ ਵਿਲਨ ਸਾਈਡ ਲੈ ਕੇ ਤੁਹਾਡੇ ਨਾਲ ਭੇਜ ਦਿੰਦਾ ਤੇ ਹੀਰੋ ਸਾਈਡ ਤੁਹਾਨੂੰ ਖੁਦ ਲਿਖਣ ਨੂੰ ਕਹਿੰਦਾ ਹੂੰ ਮੈਨੂੰ ਤਾਂ ਐਵੇਂ ਲੱਗਦਾ ਕਿ ਇਹ ਸਖਾਲਾ ਤੇ ਜਿੰਦਗੀ ਦੀਆਂ مصیبتਾਂ ਦੇ ਸਹਾਰਾ ਨਾ ਹੀਰੋ ਸਾਈਡ ਤੁਸੀਂ ਖੁਦ ਲਿਖਣੀ ਹੁੰਦੀ ਆ ਹੂੰ ਐਨਾ ਯਾਰ ਉਹਦੇ ਕੋਲ ਕਿੱਥੇ ਲੋਡ ਨੂੰ ਟਾਈਮ ਆ ਯਾਰ ਵੀ ਸਾਰਾ ਕੁਝ ਤੇਰਾ ਉਹ ਲਿਖੇ ਹੂੰ ਫਿਰ ਉਹਨੂੰ ਤੈਨੂੰ ਦਿਮਾਗ ਦੇਣ ਦੀ ਲੋੜ ਕੋਈ ਨਹੀਂ ਸੀ ਹਾਂ ਮਸ਼ੀਨਰੀ ਆ ਆ ਕੈਮਰੇ ਆ ਆਪਣੇ ਕੰਪਿਊਟਰ ਆ ਇਹਦੇ ਵਿੱਚ ਆਪਾਂ ਉਹਨਾਂ ਕੁ ਫੀਡ ਕੀਤਾ ਆਪ ਉਹਦੇ ਸੋਚਣ ਦਾ ਆਪਾਂ ਛੱਡਿਆ ਹੀ ਨਹੀਂ ਉਹਨੂੰ ਹੂੰ ਹੁਣ ਕੰਪਿਊਟਰ ਦੀ ਕੋਈ ਕਿਸਮਾ ਥੋੜੋ ਆ ਹੂੰ ਕਿਉਂ ਨਹੀਂ ਗਈ ਕਿਉਂਕਿ ਉਹ ਦੂਜੀ ਸਾਈਡ ਆਪ ਨਹੀਂ ਲਿਖਦਾ ਹੂੰ ਕਿਉਂਕਿ ਦੋਨੇ ਸਾਈਡਾਂ ਤੁਸੂੰ ਹੀ ਲਿਖਣੀਆਂ ਜੀ ਤਾਂ ਕਰਕੇ ਉਹਦੀ ਕੋਈ ਕਿਸਮਤ ਨਹੀਂ ਜੇ ਸਾਡੀ ਕੋਈ ਕਿਸਮਤ ਆ ਤਾਂ ਇਹਦਾ ਮਤਲਬ ਸਾਨੂੰ ਲਿਖਣ ਨੂੰ ਵੀ ਆਪ ਪਾਵਰ ਦਿੱਤੀ ਆ ਰੱਬ ਨੇ ਜੀ ਵੀ ਕੋਈ ਬੰਦਾ ਇਹ ਕਵੇ ਕਿ ਰੱਬ ਨੇ ਮੇਰੀ ਕਿਸਮਤ ਹੀ ਮਾੜੀ ਲਿਖਦੀ ਉਹਨੇ ਤਾਂ ਇੱਕ ਸਾਈਡ ਲਿਖੀ ਇੱਕ ਸਾਈਡ ਤਾਂ ਲਿਖਣੀ ਤੂੰ ਸੀ ਹੁਣ ਜਿਹੜੀ ਤੂੰ ਲਿਖਣੀ ਸੀ ਜੇ ਤੂੰ ਮਾੜੀ ਲਿਖ ਰਿਆਂ ਤਾਂ ਦੋਸ਼ ਬਾਈ ਕਿਦਾ ਮੈਨੂੰ ਐਂ ਲੱਗਦਾ ਕਿ ਭਵਿੱਖ ਤੈ ਨਹੀਂ ਹੁੰਦਾ ਤੈ ਕੀਤਾ ਜਾਂਦਾ ਹੁਣ ਬੰਦਾ ਤੈ ਕਰਦਾ ਖੁਦ ਤੈ ਕਰਦਾ ਇੱਕ ਸਵਾਲ ਹੋਰ ਜਿਹੜਾ ਮੇਰੇ ਯਾਂ ਚਾਹਾਂਗਾ ਜੀ ਵੀ ਜਿਹੜੇ ਕਾਰੋਬਾਰ ਨਾਲ ਤੁਸੀਂ ਜੁੜੇ ਹੋ ਜੀ ਉਸੇ ਕਾਰੋਬਾਰ ਨਾਲ ਅਸੀਂ ਜੁੜੇ ਹਾਂ ਚਲੋ ਸਿੱਧਾ ਤਰੀਕਾ ਹੋ ਸਕਦਾ ਜਾਂ ਸਿੱਧਾ ਤਰੀਕਾ ਹੋ ਸਕਦਾ ਕਿਤੇ ਥੋੜੇ ਥੋੜਾ ਜਿਹਾ ਫਰਕ ਆ ਜਾਂਦਾ ਹੈਗਾ ਡਿਪਾਰਟਮੈਂਟ ਦਾ ਫਰਕ ਆ ਜਾਂਦਾ ਜੀ ਜੇ ਸਾਡੇ ਵਾਲੇ ਖੇਤਰ ਦੀ ਗੱਲ ਕਰਦੇ ਹਾਂ ਜੀ ਇਹਦੇ ਤਾਂ ਜ਼ਰੂਰ ਮੈਂ ਜੀ ਕਮੈਂਟ ਲੈਣਾ ਚਾਹੂੰਗਾ ਜੀ ਵੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਮੋਬਾਈਲ ਤਾਂ ਮੋਬਾਈਲ ਤੇ ਰਹਿੰਦੇ ਹੋਗੇ 24 ਘੰਟੇ ਆਪਦਾ ਕੰਮ ਵੀ ਕਰਦੇ ਹੋ ਆਪਦਾ ਜਿਹੜਾ ਕਾਰੋਬਾਰ ਵੀ ਚਲਾਉਂਦੇ ਹੋ ਜੀ ਪਰ ਸਾਡੇ ਵਾਲੇ ਖੇਤਰ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਚਾਹੇ ਉਹ ਰਾਜਨੀਤਿਕ ਪੱਖਤ ਹੋਵੇ ਚਾਹੇ ਉਹ ਬૌਧਿਕ ਪੱਖਤ ਹੋਵੇ ਚਾਹੇ ਉਹ ਸਮਾਜਿਕ ਪੱਖਤ ਹੋਵੇ ਖੇਡਾਂ ਦੇ ਪੱਖਤ ਹੋਵੇ ਕਲਾ ਦੇ ਪੱਖਤ ਹੋਵੇ ਜਿਹੜੇ ਮਰਜੀ ਪੱਖਤ ਹੋਵੇ ਵੀ ਇੱਕ ਪਲੈਟਫਾਰਮ ਦੇ ਤਾਂ ਇੰਟਰਨੈਟ ਨੇ ਜਾਂ YouTube ਨੇ Facebook ਨੇ ਪਰ ਸਾਡੇ ਵਾਲੇ ਖੇਤਰ ਨੂੰ ਕਿਵੇਂ ਦੇਖ ਰਹੇ ਹੋ ਜੇ ਅਸੀਂ ਸਹੀ ਪੱਤਰਕਾਰ ਦੀ ਪੱਤਰਕਾਰੀਤਾ ਦੀ ਪਛਾਣ ਕਰਨੀ ਹੈ ਚੱਲ ਰਿਹਾ ਸਾਰਾ ਕੁਝ ਸਹੀ ਕਿ ਬੜਾ ਖਤਰਨਾਕ ਰਤਨ ਗੱਲ ਹੈਗੀ ਬਾਈਓਂ ਕਿ ਹਰੇਕ ਬੰਦਾ ਨਾ ਜਦੋਂ ਕਿਸੇ ਨੂੰ ਮਾੜਾ ਕਹਿੰਦਾ ਤੇ ਉਹ ਆਪਦੇ ਵਾਲੇ ਪੱਖ ਨੂੰ ਥੋੜੇ ਜਿਹ ਬਚਾ ਲੈਂਦਾ ਉਹਨੂੰ ਐਂ ਲੱਗਦਾ ਕਿ ਮੈਂ ਆਪਦੇ ਆਪ ਨੂੰ ਸਹੀ ਠਹਿਰਾ ਲਾਂ ਤੇ ਦੂਜੇ ਨੂੰ ਗਲਤ ਕਹਿ ਦਿਆਂ ਮੈਨੂੰ ਐਂ ਲੱਗਦਾ ਹੁੰਦਾ ਕਿ ਯਾਰ ਮੈਂ ਇਸ ਫੀਲਡ 'ਚ ਵੀ ਜਾ ਸਕਦਾ ਸੀ ਮੈਂ ਵੀ ਦੋ ਪੱਤਰਕਾਰ ਰੱਖ ਲਾਂ ਮੈਂ ਵੀ ਇੱਕ ਚੈਨਲ ਸਟਾਰਟ ਕਰ ਲਾਂ ਤੇ ਮੈਂ ਵੀ ਇੱਕ ਪੜਕਾਉ ਜਾਂ ਥੰਬਨੇਲ ਦੇ ਕੇ ਜੀ ਮੈਂ ਮੈਂ ਕੱਲ ਪਰਸੋਂ ਇੱਕ ਦੇਖ ਰਿਹਾ ਸੀਗਾ ਕਿਸੇ ਨੇ ਢਕਾਉ ਜਾਂ ਥੰਬਨੇਲ ਦੇ ਕੇ ਵੀ ਸਿੰਘਾਂ ਨੇ ਫੁਲਾਨੇ ਨੂੰ ਜਵਾਬ ਕਿਵੇਂ ਦਿੱਤਾ ਇਸ ਤਰ੍ਹਾਂ ਦਾ ਮੈਂ ਵੀ ਕਰ ਲਾਂ ਹਣਾ ਪਰ ਮੈਨੂੰ ਐਵੇਂ ਲੱਗਦਾ ਕਿ ਯਾਰ ਵੀ ਯਰ ਸਮਾਜ ਸੇਵਾ ਦੇ ਵੀ ਦੋ ਤਿੰਨ ਰੂਪ ਹੁੰਦੇ ਆ ਵੀ ਜੇ ਯਾਰ ਤੁਸੀਂ ਕਮਾਈ ਕਰ ਰਹੇ ਆ ਹਾਂ ਤੇ ਤੁਸੀਂ ਸਮਾਜ ਦਾ ਕੁਝ ਬਿਗਾੜ ਨਹੀਂ ਰਹੇ ਤਾਂ ਮੈਨੂੰ ਐਵੇਂ ਲੱਗਦਾ ਕਿ ਇਹ ਵੀ ਇੱਕ ਸਮਾਜ ਸੇਵਾਈ ਹੈ ਹਾਂ ਜੇ ਤੁਸੀਂ ਸਮਾਜ ਕਮਾਈ ਕਰਨ ਲਈ ਸਮਾਜ ਦਾ ਕੁਝ ਵਿਗਾੜਦੇ ਆ ਨਾ ਹੂੰ ਤਾਂ ਇਹਦਾ ਮਤਲਬ ਇਹ ਆ ਵੀ ਭਾਈ ਤੁਸੀਂ ਤੁਸੀਂ ਦੇਸ਼ ਦੇ ਸੱਭਿਆਚਾਰ ਦੇ ਉਥੋਂ ਦੇ ਕਲਚਰ ਦੇ ਦੁਸ਼ਮਣ ਆ ਹੂੰ ਵੀ ਮੈਨੂੰ ਨਹੀਂ ਲੱਗਦਾ ਕਿ ਇਹਦੇ ਲਈ ਇਹ ਨਾਪਣ ਲਈ ਕੋਈ ਬਹੁਤ ਵੱਡਾ ਪੈਮਾਨਾ ਭਾਂਡਾ ਹੈ ਕਿ ਕਿਸੇ ਬੰਦੇ ਨੂੰ ਸਿਰਫ ਇੰਨਾ ਕਿ ਚੈੱਕ ਕਰ ਲਓ ਕਿ ਇਹ ਸੋਸ਼ਲ ਮੀਡੀਆ ਤੇ ਆ ਕੇ ਸੋਸ਼ੀਲੀ ਹੋ ਕੇ ਸੋਸ਼ਲ ਮੀਡੀਆ ਤੇ ਆ ਗਿਆ ਤਾਂ ਤੁਸੀਂ ਜਨ ਤੱਕ ਹੋ ਗਏ ਆ ਤੇ ਜਨ ਤੱਕ ਹੋ ਕੇ ਤੁਸੀਂ ਕਲਚਰ ਨੂੰ ਪਹਿਰਾਵੇ ਨੂੰ ਸਭਿਆਚਾਰ ਨੂੰ ਉਥੋਂ ਦੀਆਂ ਕਦਰਾਂ ਕੀਮਤਾਂ ਨੂੰ ਉਥੋਂ ਦੇ ਰਹਿਣ ਸਹਿਣ ਨੂੰ ਬਗਾੜ ਰਹੇ ਆ ਕ ਸਵਾਰ ਰਹੇ ਆ ਕਿ ਤੁਸੀਂ ਨੁਕਸਾਨ ਨਹੀਂ ਪੰਚਾ ਰਹੇ ਜੇ ਕੋਈ ਬੰਦਾ ਪੰਚਾ ਰਿਹਾ ਤਾਂ ਚਾਹੇ ਉਹ ਕੋਈ ਪੱਤਰਕਾਰ ਆ ਤੇ ਚਾਹੇ ਮੇਰੇ ਵਰਗਾ ਕੋਈ ਐਂਟਰਟੇਨਰ ਆ ਤਾਂ ਉਹ ਭਾਈ ਮਾੜਾ ਹੈਗਾ ਠੀਕ ਆ ਕਿ ਨਹੀਂ ਤੇ ਜੇ ਉਹ ਨਹੀਂ ਪੰਚਾ ਰਿਹਾ ਵੀ ਨੁਕਸਾਨ ਨਹੀਂ ਕਰ ਰਿਹਾ ਕਮਾਈ ਕਰ ਰਿਹਾ ਕਮਾਈ ਤਾਂ ਕਰਨੀ ਆ ਹਰ ਬੰਦੇ ਦੇ ਢਿੱਡ ਲੱਗਿਆ ਹਰੇਕ ਬੰਦੇ ਦੇ ਇਸ਼ਾਮਾ ਹਰੇਕ ਬੰਦੇ ਦੀ ਜਿੱਡੀ ਉਹਦੇ ਕੋਲ ਪੂੰਜੀ ਆ ਉਦੋਂ ਵੱਡੀ ਉਹਦੀ ਇੱਛਾ ਹੈ ਹਾਂ ਤਾਂ ਉਹ ਤਾਂ ਉਹਨੇ ਪੂਰੀ ਕਰਨੀ ਆ ਉਹ ਤਾਂ ਇੱਕ ਮਨੁੱਖੀ ਸਾਇਕੀ ਦਾ ਅੰਗ ਹੈ ਹੂੰ ਉਹ ਤਾਂ ਉਹਨੇ ਪੂਰਾ ਕਰਨਾ ਹੀ ਆ ਜੀ ਪਰ ਮੈਨੂੰ ਐਵੇਂ ਲੱਗਦਾ ਕਿ ਐਡਾ ਕੀ ਪਮਾਨਾ ਕਿ ਕਿਸੇ ਬੰਦੇ ਨੂੰ ਇਸ ਚੀਜ਼ ਦੇ ਵਿੱਚ ਨਾਪ ਲੋ ਕਿ ਉਹ ਕਿਸੇ ਕਲਚਰ ਨੂੰ ਸੱਭਿਆਚਾਰ ਨੂੰ ਸਾਡੇ ਸਮਾਜ ਨੂੰ ਜੇ ਤਾਂ ਨੁਕਸਾਨ ਪਹੁੰਚਾ ਰਿਹਾ ਤਾਂ ਉਹ ਮਾੜਾ ਜੇ ਉਹ ਨਹੀਂ ਪਹੁੰਚਾ ਰਿਹਾ ਤਾਂ ਉਹ ਚੰਗਾ بس ਐਡੀ ਕੀ ਗੱਲ ਆ ਜੇ ਉਹਦੀਆਂ ਗੱਲਾਂ ਦੇ ਮਤਲਬ ਗਲਤ ਨਿਕਲਦੇ ਆ ਤਾਂ ਮਤਲਬ ਉਹ ਬੰਦਾ ਗਲਤ ਆ। ਹੂੰ ਕੋਈ ਹੋਰ ਬਹੁਤਾ ਕਿਸੇ ਨਾਪਣ ਲਈ ਕੋਈ ਥਰਮਾਮੀਟਰ ਨਹੀਂ ਬਣਿਆ ਹੋਇਆ। ਜੀ ਜਾਂਦੇ ਜਾਂਦੇ ਮੈਂ ਕੋਈ ਸਵਾਲ ਨਹੀਂ ਕਰੂੰਗਾ। ਜੀ ਇਹ ਜ਼ਰੂਰ ਪੁੱਛੂੰਗਾ। ਕੋਈ ਹੋਰ ਗੱਲ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਹੋਵੇ, ਕੋਈ ਹੋਰ ਚੀਜ਼ ਦੱਸਣੀ ਹੋਵੇ ਜਾਂ ਕੋਈ ਦਿਲ ਦੀ ਹੋਰ ਗੱਲ ਹੋਵੇ ਵੀ ਹਾਂ ਆ ਲੋਕਾਂ ਨੂੰ ਜ਼ਰੂਰ ਪਤਾ ਲੱਗਣੀ ਚਾਹੀਦੀ ਆ। ਕੋਈ ਸਵਾਲ ਨਹੀਂ ਬਸ ਕੋਈ ਦਿਲ ਦੇ ਵਿੱਚ ਹੈ ਗੱਲ। ਰਤਨ ਨੇ ਇੱਕ ਨਾ ਬਹੁਤ ਚਿਰ ਪਹਿਲਾਂ ਕਵਿਤਾ ਲਿਖੀ ਸੀ। ਜੀ ਮੈਂ ਉਹ ਸੁਣਾਉਣਾ ਅਹ ਲਿਖਦੇ ਵੀ ਰਿਹਾ ਮੈਂ ਚੰਨੀ ਵਾਂਗੂ ਸਾਰੇ ਕੰਮ ਹੀ ਕੀਤੇ ਆ ਮੈਂ ਲਿਖਦਾ ਵੀ ਰਿਹਾ ਮੈਂ ਕਵਿਤਾ ਲਿਖੀ ਸੀ ਉਹ ਕਵਿਤਾ 'ਚ ਮੇਰੇ ਹਿਸਾਬ ਨਾਲ ਲੋਕਾਂ ਨੂੰ ਬਹੁਤ ਕੁਝ ਮਿਲ ਜਾਊਗਾ ਹੂੰ ਜੀ ਮੈਂ ਕਵਿਤਾ ਲਿਖੀ ਸੀ ਕਿ ਜਦ ਮੈਂ ਅਗਿਆਨ ਸਾਂ ਤਾਂ ਬੜਾ ਡਰਦਾ ਸਾਂ ਹਨੇਰਿਆਂ ਤੋਂ ਹੂੰ ਜਦ ਮੈਂ ਅਗਿਆਨ ਸਾਂ ਤਾਂ ਬੜਾ ਡਰਦਾ ਸਾਂ ਹਨੇਰਿਆਂ ਤੋਂ ਹੂੰ ਕਦ ਇਹ ਜਾਣਗੇ ਇਹ ਆਸ ਰੱਖਦਾ ਸਾਂ ਸਵੇਰਿਆਂ ਤੋਂ ਹੂੰ ਇੱਕ ਦਿਨ ਅੱਧੀ ਰਾਤ ਮੈਂ ਆਪਣੀ ਮਾਂ ਤੋਂ ਪਾਣੀ ਮੰਗਿਆ ਜੀ ਮਾਂ ਨੇ ਸੀਖ ਨਾਲ ਜਦ ਦੀਵਾ ਡੰਗਿਆ ਹਾਂ ਇੱਕ ਦਿਨ ਅੱਧੀ ਰਾਤ ਮੈਂ ਆਪਣੀ ਮਾਂ ਤੋਂ ਪਾਣੀ ਮੰਗਿਆ ਮਾਂ ਨੇ ਸੀਖ ਨਾਲ ਜਦ ਦੀਵਾ ਡੰਗਿਆ ਹਾਂ ਤਾਂ ਸੋਚਿਆ ਉਹ ਮਨਾ ਜੋ ਹਨੇਰਾ ਤੇਰੇ ਦਿਲ ਤੇ ਦੈਂਤਮਣ ਰਾਜ ਕਰਦਾ ਹੈ ਅਸਲ ਵਿੱਚ ਉਹ ਨਿੱਕੇ ਜਿਹੇ ਦੀਵੇ ਤੋਂ ਕਿੰਨਾ ਡਰਦਾ ਹੈ ਦੀਵਾ ਜਗਦਿਆਂ ਹੀ ਕਿਧਰੇ ਖੂੰਜਿਆਂ ਵਿੱਚ ਜਾ ਬੜਦਾ ਹੈ ਉਸ ਦਿਨ ਜ਼ਿੰਦਗੀ ਦਾ ਇੱਕ ਵੱਡਾ ਭੇਦ ਸਮਝ ਆਇਆ ਹਾਂ ਉਸ ਦਿਨ ਜ਼ਿੰਦਗੀ ਦਾ ਇੱਕ ਵੱਡਾ ਭੇਦ ਸਮਝ ਆਇਆ ਕਿ ਅਸਲ ਵਿੱਚ ਗਿਆਨ ਤੇ ਚਾਨਣ ਦੀ ਅਣਹੋਂਦ ਨੂੰ ਆਖਦੇ ਹਨ ਹਨੇਰਾ ਹਾਂ ਇਸੇ ਲਈ ਕਿਸੇ ਸਿਆਣੇ ਨੇ ਬੜਾ ਸੋਹਣਾ ਲਿਖਿਆ ਹੈ ਹੂੰ ਕਿ ਜਦ ਜਾਗੋ ਤਬੀ ਸਵੇਰਾ ਹੂੰ ਜਦ ਜਾਗੋ ਤਬੀ ਸਵੇਰਾ ਵੀ ਜੇ ਸੱਜਣਾ ਕੋਈ ਇਹ ਸੋਚਦਾ ਨਾ ਹੂੰ ਕਿ ਤੇਰੀ ਜ਼ਿੰਦਗੀ ਦਾ ਹਨੇਰਾ ਉਦੋਂ ਦੂਰ ਹੋਊ ਜਦੋਂ ਕੋਈ ਸੂਰਜ ਚੜੂਗਾ ਹੂੰ ਤਾਂ ਇਹ ਉਹ ਸੱਜਣ ਦਾ ਬਹੁਤ ਵੱਡਾ ਭਲੇਖਾ ਏ ਹੂੰ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਚਾਨਣ ਨਹੀਂ ਆਉਣ ਵਾਲਾ ਹੂੰ ਜੇ ਉਹ ਇਹ ਸੋਚਦਾ ਇਹ ਤਾਂ ਉਹਨੂੰ ਖੁਦ ਬਲਣਾ ਪੈਣਾ ਖੋਦ ਗਿਆਨ ਬਾਣ ਹੋਣਾ ਪੈਣਾ ਜੀ ਫਿਰ ਉਸ ਤੋਂ ਬਾਅਦ ਨੇਰਾ ਕਿੱਥੇ ਜਾਊਗਾ ਨੇਰੇ ਦੀ ਅਸਲ ਦੇ ਵਿੱਚ ਕੋਈ ਹੋਂਦ ਹੀ ਨਹੀਂ ਹੁੰਦੀ ਹੂੰ ਨੇਰੇ ਦਾ ਅਸਲ ਦੇ ਵਿੱਚ ਕੋਈ ਵਜੂਦ ਹੀ ਨਹੀਂ ਹੁੰਦਾ ਤੇ ਵੇਖਣ ਨੂੰ ਉਹ ਬਹੁਤ ਵੱਡਾ ਨਜ਼ਰ ਆਉਂਦਾ ਜੀ ਜਦੋਂ ਨੇਰਾ ਗਿਆਨ ਤੇ ਚਾਨਣ ਦੀ ਅਣਹੋਂਦ ਹੁੰਦੀ ਆ ਹੂੰ ਹੁੰਦਾ ਨਹੀਂ ਉੱਥੇ ਗਿਆਨ ਤੇ ਚਾਨਣ ਤਾਂ ਹੁੰਦਾ ਨੇਰਾ ਹਾਂ ਜਿੱਦ ਦੇ ਕੋਈ ਬੰਦਾ ਬਲੂਗਾ ਉਹ ਚਾਨਣ ਕਰੂਗਾ ਤਾਂ ਉਹਨੂੰ ਦਿੰਨੀਆ ਦੁਨੀਆ ਸਾਫ਼ ਨਜ਼ਰ ਆਊਗੀ ਉਹਨੂੰ ਰਾਹ ਸਾਫ਼ ਨਜ਼ਰ ਆਉਣਗੇ ਮੈਨੂੰ ਐਵੇਂ ਲੱਗਦਾ ਕਿ ਮੈਂ ਕਿਸੇ ਸੱਜਣ ਨੂੰ ਇੰਨਾ ਹੀ ਕਹਿ ਦਿਆਂ ਤਾਂ ਇਹ ਬੜਾ ਤੇ ਦੂਜੀ ਗੱਲ ਮੈਂ ਸੱਜਣਾ ਇੱਕ ਹੋਰ ਵੀ ਆਖਦਾ ਮੈਂ ਆਪਦੇ ਪਰਿਵਾਰ ਦੇ ਵਿੱਚ ਸਾਂਝੇ ਪਰਿਵਾਰ ਦੇ ਵਿੱਚ ਹਾਂ ਇਹ ਚੀਜ਼ ਦੇਖੀ ਆ ਵੀ ਜੇ ਤੁਸੀਂ ਇਹਨੂੰ ਮੁਕੱਦਰ ਮੰਨੋ ਤਾਂ ਪਤਾ ਨਹੀਂ ਤੁਸੀਂ ਸਾਂਝੇ ਪਰਿਵਾਰ ਚ ਕੀ ਦਾ ਮੁਕੱਦਰ ਖਾਨੇ ਆ ਜੇ ਤੁਸੀਂ ਟੀਮ ਮੰਨੋ ਤਾਂ ਇਹ ਟੀਮ ਐਡੀ ਤਕੜੀ ਹੁੰਦੀ ਆ ਸਾਂਝਾ ਪਰਿਵਾਰ ਜਿਹੜਾ ਦੂਜੇ ਦੀ ਮੌਤ ਮਰਦਾ ਤੇ ਮੈਂ ਕਦੇ ਕੋਈ ਸਾਂਝਾ ਪਰਿਵਾਰ ਭੁੱਖਾ ਮਰਦਾ ਨਹੀਂ ਵੇਖਿਆ ਹਾਂ ਸਹੀ ਗੱਲ ਹੈ ਜੇ ਕਿਸੇ ਦਾ ਪਰਿਵਾਰ ਸਾਂਝਾ ਹੋਵੇ ਤੇ ਰਤਨ ਉਹ ਬੰਦੇ ਦੀ ਜਿੱਤ ਪੱਕੀ ਹੁੰਦੀ ਆ ਸਭ ਤੋਂ ਪਹਿਲੀ ਤਾਂ ਵੱਡੀ ਜਿੱਤ ਹੀ ਇਹ ਆ ਕਿ ਉਹਦਾ ਪਰਿਵਾਰ ਸਾਂਝਾ ਹੈ ਤੇ ਦੂਜੀ ਮੇਰੇ ਹਿਸਾਬ ਨਾਲ ਵੀ ਜਿੱਤਣ ਲਈ ਇਹ ਚੀਜ਼ ਬੜੀ ਜ਼ਰੂਰੀ ਆ ਕਿ ਉਹ ਬੰਦਾ ਇਹ ਮੈਂ ਇਹਤੇ ਵੀ ਇੱਕ ਲਿਖਿਆ ਸੀ ਪਿੱਛੇ ਜੇ ਮੈਂ ਤੁਹਾਨੂੰ ਇਹ ਵੀ ਸੁਣਾ ਦਿੰਨਾ ਇਹ ਵੀ ਤੁਹਾਡਾ ਕੰਮ ਚੰਗਾ ਚਾ ਹਾਂ ਮੈਂ ਮੈਂ ਇਹ ਵੀ ਸੁਣਾ ਦਿੰਨਾ ਤੁਹਾਨੂੰ ਹਾਂ ਕਿ ਇੱਥੇ ਹੌਸਲੇ ਜਿੱਤਦੇ ਆ ਸੱਜਣਾ ਕਦੇ ਹਥਿਆਰ ਨਹੀਂ ਜਿੱਤਦੇ ਹਾਂ ਇੱਥੇ ਹੌਸਲੇ ਜਿੱਤਦੇ ਆ ਸੱਜਣਾ ਕਦੇ ਹਥਿਆਰ ਨਹੀਂ ਜਿੱਤਦੇ ਹੂੰ ਕਿਸੇ ਦੀ ਕਿਸੇ ਨੂੰ ਜਿੱਤਣ ਵਾਲੇ ਨੂੰ ਕਿਸੇ ਜਿੱਤਣ ਵਾਲੇ ਨੂੰ ਹਾਰਨ ਵਾਲਾ ਜੇ ਵਧਾਈ ਦੇ ਦੇ ਤਾਂ ਉਹ ਵੀ ਸੂਰਮਾ ਹੀ ਹੁੰਦਾ ਹੂੰ ਇੱਥੇ ਲੱਤਾਂ ਖਿੱਚਣ ਵਾਲੇ ਗਦਾਰ ਨਹੀਂ ਜਿੱਤਦੇ ਹੂੰ ਘਰੇ ਬਣੇ ਚਟਣੀ ਸਾਰੇ ਖਾਣ ਰਲ ਕੇ ਹੂੰ ਚੋਰੀ ਹੋਟਲਾਂ 'ਚ ਬਹਿ ਕੇ ਪਰਿਵਾਰ ਨਹੀਂ ਜਿੱਤਦੇ ਹੂੰ ਘਰੇ ਬਣੇ ਚਟਣੀ ਸਾਰੇ ਖਾਣ ਰਲ ਕੇ ਚੋਰੀ ਹੋਟਲਾਂ 'ਚ ਖਾ ਕੇ ਪਰਿਵਾਰ ਨਹੀਂ ਜਿੱਤਦੇ ਜੀ ਸਦਾ ਬੰਨ ਹੀਰੇ ਕੋਲੇ ਦੀ ਦਾਵ ਸਹਿ ਕੇ ਹਮ ਸਦਾ ਬੰਨ ਹੀਰੇ ਕੋਲੇ ਦੀ ਦਾਵ ਸਹਿ ਕੇ ਇੱਥੇ ਮਿਹਨਤਾਂ ਜਿੱਤਦੀਆਂ ਸੱਜਣਾ ਚਮਤਕਾਰ ਨਹੀਂ ਜਿੱਤਦੇ ਹਾਂ ਜਿੰਦਗੀ ਦੇ ਵਿੱਚ ਕੋਈ ਚਮਤਕਾਰ ਨਹੀਂ ਹੋਣ ਵਾਲਾ ਜੇ ਕੋਈ ਸੱਜਣ ਢੀਕਦਾ ਹੋਵੇ ਕਿ ਫਲਾਨਾ ਦਿਨ ਚੜੂਗਾ ਤੇ ਮੇਰੀ ਜ਼ਿੰਦਗੀ ਦਾ ਬੂਹਾ ਖੁੱਲ ਜੂ ਇਹ ਗਲਤ ਆ ਪਰ ਇੱਕ ਸਾਨੂੰ ਪਤਾ ਲੱਗ ਗਿਆ ਸੋਡੀ ਜ਼ਿੰਦਗੀ 'ਚ ਇੱਕ ਚਮਤਕਾਰ ਜ਼ਰੂਰ ਹੋ ਜੀ ਅਸੀਂ ਕਰਦਗੇ ਭਵਿੱਖਬਾਣੀ ਹਾਂਜੀ ਦੱਸੋ ਗਿੱਲ ਰਾਉਂਤੇ ਦਾ ਫੋਨ ਤੁਹਾਨੂੰ ਜਰੂਰ ਆਊਗਾ ਵੀ ਸਾਡੇ ਵਾਲੇ ਕੰਮ ਚ ਬੈਗਾ ਕੰਮ ਔਖਾ ਹੋਣ ਵਾਲਾਗਾ ਕੇ ਨਹੀਂ ਇਹ ਅਸਲ ਦੇ ਵਿੱਚ ਅਸੀਂ ਯਾਰੀ ਇਸ ਗੱਲ ਤੋਂ ਬਣੇ ਸੀ ਰਾਉਂਤੇ ਵਾਲੇ ਗੱਲਣਾ ਅਸੀਂ ਯਾਰੀ ਸਾਡੀ ਇਸ ਗੱਲ ਤੋਂ ਪਈ ਸੀ ਪਹਿਲਾਂ ਮੈਂ ਲਿਖਦਾ ਹੁੰਦਾ ਸੀ ਹੂੰ ਤੇ ਇਹ ਪੁਰਾਣੀਆਂ ਹੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਲੋ ਹੁਣ ਹੋਰ ਆ ਗਈ ਗੱਲ yaad ਜਾਂਦੇ ਜਾਂਦੇ ਹਾਂ ਜਦੋਂ ਕੋਈ ਬੰਦਾ ਕਮਰਸ਼ੀਅਲ ਹੋ ਜੇ ਤਾਂ ਉਹਦੋਂ ਉਹਦਾ ਲੇਖਕ ਮਰ ਜਾਂਦਾ ਹਾਂ ਇਹ ਪ੍ਰਾਣੀਆਂ ਹੀ ਲਿਖੀਆਂ ਪਈਆਂ ਨਾ ਮਾ ਕੁਛ ਨਹੀਂ ਲਿਖਿਆ ਕਿਉਂਕਿ ਹੁਣ ਮੈਂ ਕਮਰਸ਼ੀਅਲ ਹੋ ਗਿਆ ਹੂੰ ਜਦੋਂ ਬੰਦਾ ਪੈਸਾ ਕਮਾਉਣ ਲੱਗ ਜੇ ਉਦੋਂ ਉਹਦੀਆਂ ਭਾਵਨਾਵਾਂ ਉਹ ਅਗਲਾ ਕਹਿੰਦਾ ਜਿਹੜੇ ਚਾਰ ਸ਼ਬਦ ਆ ਉਹ ਰੁਪਏ ਕਮਾਉਣ ਨੂੰ ਹੀ ਵਰਤੋ ਯਾਰ ਆਹ ਕਾਗਜ਼ ਕਾਤੋਂ ਭਰਨੇ ਆ ਤਾਂ ਬੰਦਾ ਉਧਰ ਨੂੰ ਸੋਚਣ ਲੱਗ ਜਾਂਦਾ ਇਹ ਕਿਤਾਬਾਂ ਕਾਪੀਆਂ ਪੈਨ ਉਦੋਂ ਹੀ ਰੱਖੇ ਗਏ ਜਿੱਦ ਦੇ ਰੁਪਈਏ ਕਮਾਉਣ ਲੱਗ ਗਏ ਇਹ ਰੁਪਈਏ ਕਮਾਉਣ ਤੋਂ ਪਹਿਲਾਂ ਦੀਆਂ ਲਿਖਤਾਂ ਉਦੋਂ ਬਾਅਦ ਵਾਲੀ ਕੋਈ ਨਹੀਂ ਗਈ ਹੂੰ ਬਸ ਜੇ ਹਾਂ ਸੋਚਾਂਗੇ ਐਵੇਂ ਲੱਗਦਾ ਪਰ ਇਹ ਹੋਣਾ ਨਹੀਂ ਕਿ ਜਦੋਂ ਬਹੁਤ ਰੁਪਏ ਕਮਾ ਲਏ ਉਸ ਤੋਂ ਬਾਅਦ ਲਿਖਾਂਗੇ ਪਰ ਉਹ ਬਹੁਤ ਵਾਲੀ ਜਿਹੜੀ ਸੀਮਾ ਉਹ ਮੈਨੂੰ ਐ ਲੱਗਦਾ ਕਿ ਉਹ ਪਤਾ ਨਹੀਂ ਕਿੱਥੇ ਆਉਗੀ ਜੀ ਜਦੇ ਜਦੇ ਮੈਂ ਇੱਕ ਸਵਾਲ ਹਾਲਾਂਕਿ ਮੈਂ ਨਹੀਂ ਪੁੱਛਣਾ ਸੀ ਪਰ ਮੇਰਾ ਦਿਲ ਕਰ ਰਿਹਾ ਹੁਣ ਪੁੱਛਣ ਨੂੰ ਆਪਣੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਕਾਫੀ ਵਾਰ ਗੱਲ ਹੋਈ ਆ ਚਲੋ ਮੈਂ ਇਹਨੂੰ ਵੀ ਪਬਲਿਕ ਡੋਮੇਨ ਦੇ ਵਿੱਚ ਹੀ ਲੈ ਕੇ ਆਉਂਗਾ ਹਨਾ ਤੁਸੀਂ ਇੱਕ ਗੱਲ ਮੈਨੂੰ ਆਖੀ ਸੀ ਕਿ ਰਤਨ ਮੈਂ ਕਦੇ ਮਾੜੇ ਘੋੜੇ ਤੇ ਦਾਣ ਨਹੀਂ ਲਾਉਂਦਾ ਇਹ ਕਿਉਂ ਸੀ ਹਰ ਬੰਦਾ ਹੀ ਵੈਸੇ ਤਾਂ ਐਵੇਂ ਹੁੰਦਾ ਹਰ ਬੰਦਾ ਹੀ ਐਵੇਂ ਹੁੰਦਾ ਪਰ ਮੈਂ ਫਿਰ ਵੀ ਮੈਂ ਤੁਹਾਡੇ ਲਈ ਇਹ ਮੈਂ ਸਪੈਸ਼ਲੀ ਆਖਿਆ ਸੀਗਾ ਕਿ ਮੈਂ ਕਦੇ ਵੀ ਉਹ ਬੰਦੇ ਨੂੰ ਕਦੇ ਨਹੀਂ ਕਹਿੰਦਾ ਕਿਉਂਕਿ ਕਿਸੇ ਬੰਦੇ ਨੂੰ ਬੇਮਤਲਬੀ ਸ਼ਾਬਾਸ਼ੀ ਦੇ ਦੇਣੀ ਤੇ ਉਹ ਤੋਂ ਗਲਤ ਕਰਵਾ ਦੇਣਾ ਇਹ ਵੀ ਗਲਤੀ ਹੁੰਦਾ ਕਿ ਤੁਹਾਨੂੰ ਐਂ ਕਹਦੇਵੇ ਕਿ ਬਾਈ ਮੈਨੂੰ ਬਹੁਤ ਘੈਂਟ ਮੰਨਦਾ ਤੁਸੀਂ ਤਾਂ ਬਿੰਦ ਦਾ ਐਵੇਂ ਕਬਾ ਲਿਆ ਕਿ ਬਾਈ ਮੈਨੂੰ ਘੈਂਟ ਮੰਨਦਾ ਤੇ ਉਹ ਬੰਦੇ ਨੇ ਪਤਾ ਨਹੀਂ ਕਿੰਨੇ ਲੱਖਾਂ ਖਰਚ ਕੇ ਤੇ ਕੋਈ ਨਵਾਂ ਕਾਰੋਬਾਰ ਖੜਾ ਕਰ ਲੇ ਤੇ ਉਹਦਾ ਸਿਸਟਮ ਹੋ ਜੇ ਫੇਲ ਜੀ ਤੇ ਇਹ ਗੱਲ ਹੁੰਦੀ ਆ ਮਾੜੀ ਤਾਂ ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਮੈਨੂੰ ਜੇ ਕਿਸੇ 'ਚ ਕੁਝ ਦਿਸੇ ਤਾਂ ਮੈਂ ਉਹਨੂੰ ਜ਼ਰੂਰ ਕਹਿ ਦਿੰਦਾ ਹੁੰਦਾ ਕਿ ਸੱਜਣਾ ਤੇਰੇ 'ਚ ਦਿਸਦਾ ਤੇ ਜੇ ਮੈਨੂੰ ਕਿਸੇ 'ਚ ਕੁਝ ਨਾ ਦਿਸੇ ਮੈਂ ਐਡਾ ਕੋਈ ਜੋਤਸੀ ਤਾਂ ਹੈ ਨਹੀਂ ਹੁਣ ਇੱਥੇ ਵੀ ਗੱਲ ਸੱਜਣਾ ਹੋਰ ਆ ਗਈ ਹਾਂ ਕਿ ਜੋਤਿਸ਼ ਕਿੱਥੋਂ ਚੱਲਿਆ ਹੂੰ ਹੁਣ ਆਪਾਂ ਫੇਰ ਆਉਂਦੇ ਆ ਤੁਹਾਡੇ ਵਾਲੀ ਗੱਲ ਤੇ ਹੂੰ ਕਿ ਜਦੋਂ ਇੱਕ ਬੰਦਾ ਸਿਆਣਾ ਹੰਡਿਆਵਾ ਬੰਦਾ ਹੁੰਦਾ ਸੀ ਤੇ ਪਿੰਡ ਦੇ ਬੰਦਿਆਂ ਨੇ ਉਹਦੇ ਕੋਲੇ ਜਵਾਕ ਫੜ ਕੇ ਲੈ ਜਾਣਾ ਹੂੰ ਤੇ ਉਹਨੂੰ ਪੁੱਛਣਾ ਕਿ ਚਾਚਾ ਆ ਜਵਾਕ ਦਾ ਦੱਸ ਕੀ ਬਣੂ ਤਾਂ ਉਹਨੇ ਜਵਾਕ ਦੇ ਹੱਡ ਪੈਰ ਦੇਖਣੇ ਜੇ ਉਹਨੂੰ ਕੰਮ ਵਾਲਾ ਲੱਗਿਆ ਤਾਂ ਉਹਨੇ ਕਹਿਣਾ ਵੀ ਇਹ ਤੋਂ ਕੰਮ ਹੀ ਕਰਾ ਲੂਏ ਕੰਮ ਵਾਲਾ ਹੀ ਸੰਦਾ ਇਹ ਤਾਂ ਸਾਰੀ ਜ਼ਿੰਦਗੀ ਕੁਝ ਹੋਰ ਨਹੀਂ ਹੋਣਾ ਹੂੰ ਜੇ ਉਹਨੂੰ ਢੋਲਣ ਵਾਲਾ ਲੱਗਿਆ ਤਾਂ ਉਹਨੇ ਕਹਿਣਾ ਪਲਵਾਨ ਬਣਾ ਦਿਓ ਹੂੰ ਜੇ ਉਹਨੂੰ ਲੱਗਿਆ ਵੀ ਜਵਾਕ ਚੁਸਤਾ ਤਾਂ ਉਹਨੇ ਕਹਿਣਾ ਕੋਈ ਕਾਰੋਬਾਰ ਬਾਹਰ ਅੰਦਰ ਸ਼ਹਿਰ ਕਰਨ ਭੇਜ ਦਿਓ ਹੂੰ ਇਹ ਹੁੰਦਾ ਸੀ ਜੋਤਿਸ਼ ਹੂੰ ਤੇ ਪਰ ਉਹ ਸਿਆਣਾ ਸਿਆਣਾ ਬਣਿਆ ਰਵੇ ਤਾਂ ਉਹਦੇ ਲਈ ਕੁਸ ਗੱਲਾਂ ਵੈਸੇ ਹੱਥ ਉੱਥ ਜੇ ਹੂੰ ਮੱਥਾ ਮੁੱਥਾ ਜਾਂ ਦੇਖ ਲੈਂਦਾ ਸੀ ਕਿ ਇਹਨਾਂ ਨੂੰ ਮੇਰੀ ਸਕਿੱਲ ਦਾ ਨਾ ਪਤਾ ਲੱਗੇ ਕਿ ਇਹਨੇ ਇਹਦਾ ਭਵਿੱਖ ਕਿਵੇਂ ਦੇਖਿਆ ਹਾਂ ਤਾਂ ਉੱਥੋਂ ਉਹ ਬੰਦੇ ਜੋਤਿਸ਼ੀ ਬਣ ਗਏ ਜੀ ਕਿ ਪੂ ਇੱਕ ਦੱਸਣ ਲੱਗੇ ਤੁਸੀਂ ਵੀ ਮੈਂ ਵੀ ਜੇ ਮੈਂ ਮੈਂ ਰਤਨ ਨੂੰ ਕਹਤਾ ਕਿ ਮੈਂ ਰਤਨ ਤੇਰਾ ਇਸ ਦੁਨੀਆ ਦੇ ਵਿੱਚ ਭਵਖਾ ਤੂੰ ਆਪਣਾ ਇੱਕ ਸਟੈਂਡ ਰੱਖਦਾ ਆਪਣਾ ਸਟੇਟਸ ਰੱਖਦਾ ਤੇਰੇ ਕੋਲੇ ਆਪਣੀ ਇੱਕ ਕਲਾ ਤੇਰੇ ਕੋਲੇ ਬੋਲਣ ਦੀ ਚੱਲਣ ਦੀ ਗੱਲ ਕਰਨ ਦੀ ਇੱਕ ਕਲਾ ਤਾਂ ਤੇਰਾ ਇਸ ਦੁਨੀਆ ਦੇ ਵਿੱਚ ਇੱਕ ਭਵਖਾ ਹੈਗਾ ਤਾਂ ਇਹਦਾ ਮਤਲਬ ਇਹ ਤਾਂ ਨਹੀਂਗਾ ਕਿ ਮੈਂ ਤਾਂ ਹਾਂ ਗਿਆ ਉੱਥੇ ਜਾ ਕੇ ਅਰਬਾਂ ਬੰਦੇ ਚੋਂ ਤੇਰੀ ਫੈਲ ਚੱਕੀ ਤੇ ਫਿਰ ਮੈਂ ਪੜੀ ਤੇ ਫਿਰ ਮੈਂ ਦੱਸਿਆ ਕਿ ਭਾਈ ਇੱਕ ਸਾਲ ਨੂੰ ਰਤਨ ਇੱਥੇ ਬੈਠਾ ਐਵੇਂ ਤਾਂ ਨਹੀਂ ਹੋਇਆ ਨਾ ਇਹ ਤਾਂ ਬਸ ਮੇਰਾ ਇੱਕ ਸੋਸ਼ਲ ਮੀਡੀਆ ਸਕਿੱਲ ਦਾ ਇੱਕ ਤਜਰਬਾ ਸੀ ਜਿਹਦੇ ਜਰੀਏ ਮੈਂ ਇਹ ਕਹਤਾ ਕਿ ਭਈ ਰਤਨ ਜਿਹੜਾ ਹੈਗਾ ਇਹ ਦੁਨੀਆ ਦੇ ਵਿੱਚ ਬਹੁਤ ਘੈਂਟ ਤਰੀਕੇ ਨਾਲ ਖੜੂਗਾ ਜੀ ਠੀਕ ਹੈ ਕਿ ਨਹੀਂ ਬਸ ਇਹੀ ਗੱਲ ਆ ਕਿ ਮੈਂ ਮਾੜੇ ਘੋੜੇ ਤੇ ਦਾਅ ਇਸੇ ਕਰਕੇ ਨਹੀਂ ਖੇਡਦਾ ਕਿਉਂਕਿ ਮੈਂ ਮਾੜੇ ਘੋੜੇ ਦੀਆਂ ਤਕੜੀ ਰੇਸ ਦੇ ਵਿੱਚ ਦੜਾ ਕੇ ਲਤਾਨੀ ਤੜਾਉਣੀਆਂ ਚਾਹੁੰਦਾ ਮੈਨੂੰ ਐਵੇਂ ਹੁੰਦਾ ਕਿ ਹਾਂ ਅੱਜ ਮੈਂ ਕਿਸੇ ਬੰਦੇ ਨੂੰ ਇਹ ਕਹਿ ਸਕਦਾ ਕਿ ਤੂੰ ਨਾ ਲੈ ਪੰਗਾ ਤੇ ਕੱਲ ਨੂੰ ਜੇ ਉਹ ਘੋੜਾ ਹੀ ਤਾਕਤਵਰ ਬਣ ਕੇ ਆ ਗਿਆ ਤਾਂ ਫਿਰ ਮੈਂ ਉਹਨੂੰ ਵੀ ਕਹਿ ਸਕਦਾ ਕਿ ਲੈ ਭਾਈ ਅੱਜ ਤੋਂ ਤੂੰ ਵੀ ਤਕੜਾ ਘੋੜਾ ਅੱਜ ਤੋਂ ਤੇਰੇ ਤੇ ਵੀ ਦਾਅ ਹੈ ਹਨ ਬਈ ਬਸ ਮੇਰਾ ਐਉਂ ਆ ਵੀ ਮੈਂ ਬਣੇ ਬਣਾਏ ਤੇ ਕਹਿ ਸਕਦਾ ਕਿ ਮੈਨੂੰ ਐ ਲੱਗਦਾ ਸੀ ਜੀ ਕਿ ਬਾਈ ਤੂੰ ਤਾਕੜਾ ਕੋੜਾ ਹੈ ਹੂੰ ਤੇਰੇ ਤੇ ਮੈਨੂੰ ਵਾਹਿਗੁਰੂ ਦਾਤਾ ਦਿਹਾ ਰੱਖੇ ਤੇਰੇ ਤੇ ਜੀ ਤੇਰੇ ਸਰੂਪ ਨੂੰ ਤੇਰੇ ਬੋਲ ਚਾਲ ਨੂੰ ਤੇਰੀ ਬੋਲੀ ਨੂੰ ਤੇਰੀ ਟੀਮ ਨੂੰ ਦਾਤਾ ਸਲਾਮਤੀ ਦੇਵੇ ਮੈਂ ਅੱਜ ਵੀ ਕੈਮਰੇ ਤੇ ਕਹਿਣਾ ਕਿ ਤੇਰਾ ਜਿਹੜਾ ਚੈਨਲ ਆ ਟਾਕਿੰਗ ਬਿੱਦਰ ਆਤਨਾ ਇਹ ਬਹੁਤ ਉੱਪਰ ਜਾਊਗਾ ਦੁਨੀਆ ਦੇ ਅੱਪਾ ਇਹ ਕਹਿ ਸਕਦੇ ਕਿ ਪੰਜਾਬ ਦੇ ਪੰਜਾਬੀ ਅਤੇ ਪੰਜਾਬ ਦੀ ਗੱਲ ਕਰਨ ਵਾਲੇ ਵੱਡੇ ਚੈਨਲਾਂ ਦੇ ਵਿੱਚ ਅੱਜ ਤੋਂ ਸਾਲ ਨੂੰ ਆਪਾਂ ਖੜੇ ਹੋਵਾਂਗੇ ਅੱਜ ਦੀ ਤਰੀਕ ਨੋਟ ਕਰ ਲਿਓ ਜੀ ਸੁਜਿੰਦਰ ਜੀ ਜੀ ਹਿੱਸਾ ਮੈਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹੋ ਜਿਉਂਦੇ ਰਹੋ ਜੀ ਸੋ ਇਹ ਸੀ ਸੁਜਿੰਦਰ ਲੋਪੋ ਸ਼ੌਕੀ ਸਰਦਾਰ ਬਹੁਤ ਸਾਰੀਆਂ ਗੱਲਾਂ ਹੋਈਆਂ ਬਹੁਤ ਪੰਥੀ ਗੱਲਾਂ ਹੋਈਆਂ ਬਹੁਤ ਖੁਸ਼ ਹੋ ਗਿਆ ਤੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਣਾਗਾ ਅੱਗੇ ਵੀ ਅਸੀਂ ਇਹਨਾਂ ਦੇ ਨਾਲ ਵੀ ਹਾਜ਼ਰ ਹੋਵਾਂਗੇ ਤੇ ਇਦਾਂ ਦੇ ਜਿਹੜੇ ਹੋਰ ਲੋਕ ਨੇ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਗੱਲ ਕਰਦੇ ਆਂ ਹਾਂ ਪੱਕੀ ਚੀਜ਼ਾਂ ਲੈ ਕੇ ਜਾਣ ਵਾਲੇ ਉਹ ਤੁਸੀਂ ਦੇਖਣਾਗਾ ਵੀ ਚੰਗੀਆਂ ਚੀਜ਼ਾਂ ਕਿਹੜੀਆਂ ਤੁਸੀਂ ਆਪਣੇ ਆਪ ਦੇ ਅੰਦਰ ਆਪਣੇ ਦਿਮਾਗ ਦੇ ਅੰਦਰ ਗ੍ਰਹਿਣ ਰੱਖਣੀਆਂ ਹੈਗੀਆਂ ਗ੍ਰਹਿਣ ਕਰਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾਗਾ ਅੱਗੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ